ਕਾਕਾ ਤੇਰੇ ਐਨ ਆਰ ਆਈ ਰਿਸ਼ਤੇ ਦਾ ਜਗਾੜ ਕਰਦਾ ਫਿਰਦਾ ਆ ਦੇ ਸਿੱਧਾ ਹੀ ਵਿਆਹ ਕਮਲਿਆ ਕੁੜੀ ਤਾਂ ਦਿਖਾਉਂਦਾ ਮੈਨੂੰ ਖੜ ਜਾ ਵੱਡਿਆ ਕਾਲਿਆ ਵਿਆਹ ਕਿਸੇ ਹੋਰ ਦਾ ਦਰਅਸਲ ਇਸ ਕੁੜੀ ਦਾ ਰਿਸ਼ਤਾ ਮੈਂ ਕਰਾਇਆ ਇਹਦੇ 'ਚ ਮੈਨੂੰ ਕੋਈ ਮੇਰਾ ਜਗਾੜ ਤਾਂ ਲੱਗ ਨਹੀਂ ਰਿਹਾ ਵੀਰ ਜੀ ਮੈਂ ਦੱਸਦਾ ਦਰਅਸਲ ਕੁੜੀ ਦੇ ਜਿੰਨੇ ਰਿਸ਼ਤੇਦਾਰ ਆਏ ਨੇ ਸਾਰੇ ਐਨ ਆਰ ਆਈ ਨੇ ਉਹ ਜੋ ਵੇਖਣ ਨੂੰ ਤਾਂ ਉੱਤੋਂ ਤੋਂ ਸੋਹਣਾ ਹੀ ਲੱਗਣਾ ਅੰਦਰੋਂ ਭਾਵੇਂ ਗਰਕਿਆ ਹੋਇਆ ਆਈ ਹੈ ਮੇਰਾ ਮਤਲਬ ਅੰਦਰੋਂ ਕੈਨੇਡਾ ਜਾਣ ਦਾ ਕਿੰਨਾ ਲਾਲਚੀ ਉਹ ਤਾਂ ਮੈਨੂੰ ਪਤਾ ਨਾ ਮੁੱਦੇ 'ਤੇ ਆ ਗੱਲ ਇਹ ਵੀ ਤੂੰ ਇੱਥੇ ਹੁਣ ਸਾਰੇ ਵਿਆਹ 'ਚ ਨਾ ਸਾਊ ਜਿਹਾ ਬਣ ਕੇ ਘੁੰਮੀ ਜਾਣਾ ਇਹਨਾਂ ਨੂੰ ਇੰਪ੍ਰੈਸ ਕਰਨਾ ਬਸ ਇਹਨਾਂ ਦੇ ਵਿੱਚੋਂ ਹੀ ਆਪਾਂ ਕੋਈ ਨਾ ਕੋਈ ਐਨ ਆਰ ਆਈ ਰਿਸ਼ਤਾ ਭੜੁੱਕ ਦੇਣਾ ਸਾਊ ਤਾਂ ਮੈਂ ਇਹੋ ਜਿਹਾ ਬਣੂ ਇਹਨਾਂ 'ਚੋਂ ਪੰਜ ਸੱਤਾਂ ਨੇ ਆਪਣੀਆਂ ਕੁੜੀਆਂ ਵਿਆਹ ਦੇਣੀਆਂ ਮੈਨੂੰ ਅੱਛਾ ਚੱਲੀਏ ਹਾਂਜੀ ਜੀ ਆ ਜੀ ਓਹ ਹੋ ਪੁੱਤਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧਾਈਆਂ ਜੀ ਜਸ ਪੁੱਤਰ ਸਾਹਿਬ ਲੜਕੀ ਦੇ ਵੀਰ ਵੱਡੇ ਓਏ ਓਏ ਪੈਰੀ ਪੈਣਾ ਜੀ ਵਾਹ ਬਈ ਵਾਹ ਬੜਾ ਸਾਊ ਮੁੰਡਾ ਬਈ ਪਹਿਲੀ ਵਾਰ ਮਿਲਦੇ ਹੀ ਪੈਰੀ ਪੈ ਗਿਆ ਹੈ ਇਹ ਆ ਹੀ ਇੱਥੇ ਪੈਰੀ ਪੈਣਾ ਜੀ ਮਤਲਬ ਮਤਲਬ ਕਿ ਇਹਦੀ ਮਰਿਆਦਾ 'ਚ ਹੀ ਸ਼ਾਮਿਲ ਹੈ ਆਪਣੇ ਤੋਂ ਵੱਡਿਆਂ ਦੇ ਪੈਰੀਆਂ 'ਤੇ ਲਾਉਂਦਾ ਹੀ ਲਾਉਂਦਾ ਤੁਸੀਂ ਮੰਨੋਗੇ ਨਹੀਂ ਘਰ ਨੌਕਰ ਰੱਖਿਆ ਹੋਇਆ ਤੂੰ ਸਿਰਫ ਇੱਕ ਸਾਲ ਵੱਡਾ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਉਹਦੇ ਪੈਰ ਹੀ ਪੈਂਦਾ ਬਾਅਦ 'ਚ ਭਾਵੇਂ ਸਾਰਾ ਦਿਨ ਉਹਦੇ ਗੱਲ ਪਈ ਜਾਏ ਵਾਹ ਬਈ ਵਾਹ ਕਿੰਨੀ ਉਮਰ ਹੈ ਬਈ ਤੇਰੀ 27 ਸਾਲ ਹੈ ਜੀ ਇੰਨੀ ਛੋਟੀ ਉਮਰ 'ਚ ਇੰਨੇ ਨੇਕ ਵਿਚਾਰ ਵਾਹ ਕਮਾਲ ਓਏ ਹਾਂਜੀ ਕੀ ਉਮਰ ਹੈ ਤੇਰੀ ਜੀ 29 ਸਾਲ 29 ਸਾਲ ਦਾ ਹੋ ਗਿਆ ਇੰਨੀ ਅਕਲ ਨਹੀਂ ਆਈ ਜੇ ਤਿੰਨ ਬੰਦੇ ਇਕੱਠੇ ਖੜੇ ਹੋਣ ਤਿੰਨਾਂ ਨੂੰ ਆਫਰ ਕਰੀਦਾ ਸੋਰੀ ਜਸ 29 ਸਾਲ ਓ ਪੈਰੀ ਪੈਣਾ ਬੈਠ ਵੀਰੇ ਮੈਂ ਹੀ ਫੜ ਲੈਣਾ ਜੀ ਆਪਣੇ ਤੋਂ ਵੱਡੇ ਦੀ ਟ੍ਰੇ 'ਚੋਂ ਇਹਨੇ ਚੁੱਕਣਾ ਹੀ ਨਹੀਂ ਬਾਈ ਵਾਹ ਵਧੀਆ ਹਨੀ ਜੀ ਜੇ ਮੇਰੀ ਇੱਕ ਭੈਣ ਹੋਰ ਹੁੰਦੀ ਨਾ ਇਹਨੂੰ ਵਿਆਹ ਦਿੰਦਾ ਹਾਏ ਲਓ ਰੌਲਾ ਰੌਲਾ ਸ਼ੁਰੂ ਹੋ ਗਿਆ ਜਾਓ ਜਾ ਕੇ ਕਰੋ ਇੰਜੋਏ ਹਾਂ ਬਿਲਕੁਲ ਬਿਲਕੁਲ ਓ ਬੱਲੇ ਬਿੱਲੇ ਬਿੱਲੇ ਉਹ ਤੁਹਾਨੂੰ ਨਹੀਂ ਪਤਾ ਆ ਜਾ ਬਈ ਆ ਜਾ ਡੁੱਲ ਗਈ ਤੇਰੇ ਵੀਰ ਤੇ ਕੁੜੀ ਕਮਲਿਆ ਦਾਰੂ ਨੌਨਸੈਂਸ ਕੁੜੀ ਵੀ ਡੁੱਲ ਜੂ ਬਸ ਇਕੱਠੀ ਕਰਨ ਨੂੰ ਤਿਆਰ ਰਹੀ ਹੈ ਆਪਾਂ ਉੱਥੇ ਨਹੀਂ ਤੇਰੀ ਗੱਲ ਬਣਨੀ ਵੀਰੇ ਕਿਉਂ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੁੜੀ ਨੇ MBA ਕੀਤੀ ਹੋਈ ਹੈ MBA ਸਟੂਡੈਂਟ ਨਹੀਂ ਬਿਮਾਰੀ ਹੈ ਕੋਈ ਲੋ ਪਰ ਜਿਹੜਾ ਸਾਲਿਆ ਤੂੰ ਬਾਰ੍ਹਵੀਂ ਫੇਲ ਹੈ ਨਾ ਇਹ ਬਹੁਤ ਵੱਡੀ ਬਿਮਾਰੀ ਹੈ ਮੇਰਾ ਵੀਰ ਵਿਚੋਲਾ ਹੈ ਵਿਚੋਲਾ ਵਿੱਚ ਓਲਾ ਮੈਂ ਨਹੀਂ ਰੱਖਦਾ ਵਿੱਚ ਓਲਾ ਅੱਜ ਕੱਲ੍ਹ ਤਾਂ ਸਾਰੇ ਵਿਚੋਲਿਆਂ ਦੇ ਜੁੱਤੀਆਂ ਵੀ ਔਨਲਾਈਨ ਪੈਂਦੀਆਂ ਉਹ ਡਰੀ ਹੈ ਨਾ ਆਪਾਂ ਜਾ ਕੇ ਕੁੜੀ ਨਾਲ ਗੱਲ ਕਲੀਅਰ ਕਰ ਲੈਂਦੇ ਹਾਂ ਹੁਣੀ ਵੀਰ ਜੀ ਐਡੀਆਂ ਲੰਬੀਆਂ ਲੰਬੀਆਂ ਬੰਦੂਕਾਂ ਹੈ ਉਹਨਾਂ ਕੋਲ ਮਾਰ ਮਾਰ ਕੇ ਗੋਲੀਆਂ ਆਪਣੇ ਪੁੜੇ ਛਲਨੀ ਕਰਦੇ ਨੇ ਛਲਨੀ ਅੱਛਾ ਹਾਂਜੀ ਫਿਰ ਗੱਲ ਦਾ ਰੱਖ ਲੈਂਦੇ ਹਾਂ ਜੀ ਆਪਾਂ ਨੂੰ ਕਿਹੜਾ ਕੋਈ ਬਹੁਤੀ ਗਾਲੀ ਹੈ ਭਾਜੀ ਮਾਜੀ ਖਾਲ ਲੈ ਕੇ ਕੀ ਕਰ ਰਹੇ ਭਾਜੀ ਇਹਨੂੰ ਅੰਦਰ ਆ ਦੇ ਹੋਰ ਇਹ ਤੋਂ ਕਿੱਦਾਂ ਪਾਉਣਾ ਸੀ ਠੀਕ ਹੈ ਜੀ ਹਣੀ ਮਜਦੀ ਹਲਕਾ ਸੁਣੂ ਯਾਰ ਕੁਛ ਨਹੀਂ ਯਾਰ ਇੱਕ ਡਰਾਮੇ ਦੇ ਵਿੱਚ ਚਾਹੀਦੀ ਸੀ ਕੋਈ ਮਾਂ ਦਾ ਪੁੱਤ ਤੇਰੇ ਬੁੜੇ ਨੂੰ ਉਂਗਲੀ ਨਹੀਂ ਲਾ ਸਕਦਾ ਬਸ ਤੂੰ ਮੇਰੇ ਪਿੱਛੇ ਰਹਿਣਾ ਹੈ ਯਾਰ ਮੈਨੂੰ ਤਾਲੀ ਗੱਲ ਹੈ ਰਹਿਣ ਦੇ ਯਾਰ ਮੈਂ ਤੈਨੂੰ ਕੋਈ ਹੋਰ ਐਨ ਆਰ ਆਈ ਕੁੜੀ ਲੱਭ ਦੂੰ ਇਹਨਾਂ ਵੱਲੋਂ ਤਾਂ ਅਜੇ ਮੈਨੂੰ ਛਾਪ ਪੈਣੀ ਵੀ ਡਿਊ ਹੈ ਇਹ ਨਾ ਹੋਵੇ ਛਾਪ ਦੀ ਥਾਂ 'ਤੇ ਕਿਤੇ ਜੁੱਤੀਆਂ ਹੀ ਪੈ ਜਾਣ ਯਾਰ ਡਰੀ ਕਿਉਂ ਜਾਣਾ ਤੂੰ ਮੈਂ ਹੈਗਾ ਨਾ ਤੇਰੇ ਨਾਲ ਵੈਸੇ ਵੀ ਜੇ ਜਨਾਨੀ ਵਾਲੇ ਪਾਸੇ ਜਾਣਾ ਤਾਂ ਭੇਸ ਤਾਂ ਬਦਲਣਾ ਹੀ ਪੈਣਾ ਆਪਾਂ ਨੂੰ ਯਾਰ ਜੇ ਬਣਨਾ ਹੀ ਸੀ ਤੇ ਸਹੁਰਿਆ ਗਾਂ ਹੀ ਬਣ ਜਾਂਦੇ ਗਊ ਮਾਤਾ ਨੂੰ ਤੇ ਹੱਥ ਪਾਉਣ ਲੱਗਿਆਂ ਵੀ ਕੋਈ 100 ਵਾਰੀ ਸੋਚਦਾ ਬਕਵਾਸ ਨਾ ਮਾਰ ਔਰ ਰੂਟ ਦਾ ਪਤਾ ਸਹੁਰੇ ਅੱਗੇ ਕਿਤੇ ਨਹਿਰ ਚ ਨਾ ਜਾ ਪਈਏ ਉਹ ਤੂੰ ਹੌਲੀ ਬੋਲ ਕਿਸੇ ਨੇ ਦੇਖ ਲਿਆ ਪੰਗਾ ਪੈ ਜੂ ਬਸ ਮੇਰੇ ਮੂੰਹ ਮੱਚ ਦੀ ਆਵਾਜ਼ ਕੱਟ ਹਾਂ
ਹੈ ਕੀ ਕਹਿਣਗੇ ਮੱਝ ਦੀਆਂ ਦੋ ਦੋ ਬਾਜਾਂ ਵਾਹ ਕਿਵੇਂ ਖੁੱਲੀ ਫਿਰਦੀ ਆ ਖੜ ਜਾ ਕਿੱਥੇ ਚੱਲੀ ਆ ਚੱਲ ਓ ਚੱਲ ਓ ਤੁਰ ਪਾ ਹੁਣ ਚੱਲ ਹੁਣ ਹਿੱਲ ਲਾ ਨਹੀਂ ਪ੍ਰੀਤੋ ਹੋਰ ਮੱਝ ਬਹਿਕ ਜਾਊਗੀ ਫਿਰ ਖੁੱਲ ਗਏ ਘਾੜ ਦਾ ਟਾਈਮ ਹੋ ਗਿਆ ਲਾਇਆ ਤੇਰੀ ਫੇਰਵਟ ਬਾਲਟੀ ਓਏ ਜਾਸੂ ਬਾਲਟੀ ਲੈ ਕੇ ਆ ਗਈ ਚੁੱਪ ਕਰਕੇ ਦੁੱਧ ਦੇ ਦੇ ਮੈਂ ਸੌ ਰਿਹਾ ਫੇਰ ਕਾਤਾ ਲਿਆਂਦਾ ਨਾਲ ਓ ਕਿਉਂ ਜਾਣ ਖਾਂਦੀ ਐ ਚੋ ਲੈਣ ਦੇ ਮੂਡ ਹੈ ਨਹੀਂ ਅੱਛਾ ਖੜ ਜਾ ਮੈਂ ਟੀਕਾ ਲੈ ਕੇ ਆਉਣਾ ਓ ਜੱਸ ਓ ਪੱਜ ਨਾ ਸੋ ਗਿਆ ਟੀਕਾ ਲੈਣ ਗਿਆ ਏ ਓ ਯਾਰ ਟੀਕਾ ਹੀ ਆ ਕਿਹੜਾ ਗੋਲੀ ਮਾਰ ਤੂੰ ਤੈਨੂੰ ਫਰਕ ਨਹੀਂ ਨਾ ਪੈਂਦਾ ਤੂੰ ਤਾਂ ਅੱਗੇ ਸਾਲਿਆ ਟੀਕਾ ਤਾਂ ਪਿੱਛੇ ਲੱਗਣਾ ਯਾਰ ਯਾਰੀ ਖਾਤਰ ਟੀਕਾ ਨਹੀਂ ਲਵਾ ਸਕਦਾ ਗੱਤੇ ਦੀ ਮੱਝ ਆ ਸਾਰਿਆ ਚਿੱਬ ਪੈ ਜਾਣਾ ਹੀ ਮੱਝ ਨੂੰ ਚੁੱਪ ਕਰ ਲੋਕਾਂ ਨੇ ਮੱਝ ਦਾ ਦੁੱਧ ਨਿਕਲਦਾ ਤਾਂ ਬਹੁਤ ਦੇਖਿਆ ਜਲੂਸ ਨਿਕਲਦਾ ਪਹਿਲੀ ਵਾਰ ਦੇਖਣਾ ਮੱਝ ਦਾ ਚੰਗਾ ਛੇਤੀ ਆ ਜੀ ਦੋ ਲੱਤਾਂ ਵਾਲੀ ਮੱਝ ਹੁੰਦੀ ਨੀ ਪਿੰਡ ਵਾਲਿਆ ਸੋਚਣਾ ਸਾਡਾ ਕਾਲੇ ਰੰਗ ਦਾ ਕੰਗਾਰੂ ਕਿੱਥੋਂ ਆ ਗਿਆ ਮੈਨੂੰ ਕਿਹਾ ਤਾਂ ਹੈ ਕਿ ਮੈਨੂੰ ਫੈਮਿਲੀ ਵਾਲਾ ਮੁੰਡਾ ਚਾਹੀਦਾ ਭੁੱਲ ਜਾ ਉਹਨੂੰ ਯਾਰ ਇਹੀ ਦਿਮਾਗ ਲਾਉਣਾ ਵੀ ਮੀਤ ਨੂੰ ਕਿਵੇਂ ਮਨਾਉਣਾ ਭਾਈ ਸਾਹਿਬ ਜੇ ਰਾਤ ਮੇਰਾ ਚੂਲਾ ਟੁੱਟਦਾ ਬਚ ਗਿਆ ਨਾ ਤਾਂ ਸੌ ਨਹੀਂ ਖਾਧੀ ਵੀ ਤੜਾ ਕੇ ਜਾਣਾ ਇੱਥੋਂ ਯਾਰ ਇੱਕ ਤਾਂ ਤੂੰ ਡਰਪੋਕ ਬਹੁਤ ਹੈ ਡਰਪੋਕ ਵਾਲੀ ਕੀ ਗੱਲ ਹੈ ਉਹ ਸਹੁਰੇ ਜਿੱਡਾ ਇੰਜੈਕਸ਼ਨ ਮੇਰੇ ਲੱਗਾ ਨਾ ਮੱਝ ਵਾਲਾ ਕਿਤੇ ਤੇਰੇ ਲੱਗਿਆ ਹੋਵੇ ਤੈਨੂੰ ਅਲੱਗ ਪਤਾ ਜਾਵੇ ਮੇਰਾ ਤਾਂ ਵੈਸੇ ਹੀ ਰਾਤ ਦਾ ਦੁੱਧ ਜਿਹਾ ਦੇ ਨੂੰ ਜੀ ਕਰੀ ਜਾਂਦਾ ਯਾਰ ਚਲੇ ਤੇ ਫਿਰ ਭੂਆ ਨਾਲ ਹੋਈ ਨਹੀਂ ਨਾਰਾਜ਼ਗੀ ਦੂਰ ਅਜੇ ਹੈ ਭੂਆ ਬੰਦ ਹੀ ਨਹੀਂ ਯਾਰ ਥੋੜ੍ਹਾ ਉੱਚੀ ਭੂਆ ਬੰਦ ਹੀ ਨਹੀਂ ਯਾਰ ਡੈਡੀ ਦੇ ਰੱਖ ਭੂਆ ਬੰਦ ਹੀ ਨਹੀਂ ਯਾਰ ਡੈਡੀ ਦੇ ਰੱਖੜੀ ਜੇ ਸਾਡੀ ਮਾਸੀ ਨੇ ਸਾਡੇ ਫੁੱਫੜ ਨੂੰ ਕੁਛ ਕਹਿਤਾ ਇਹਦੇ 'ਚ ਸਾਡਾ ਕੀ ਕਸੂਰ ਹੈ ਪਰ ਚਲੋ ਛੱਡੋ ਚਾਚੇ ਚਾਚੀ ਨਾਲ ਸਾਡੀ ਫੁੱਲ ਠੀਕ ਹੈ ਨਹੀਂ ਊਂ ਤਾਂ ਤੁਹਾਡੀ ਤਾਏ ਨਾਲ ਵੀ ਬਹੁਤ ਵਧੀਆ ਹਾਂ ਤੇ ਨਾਨਕਿਆਂ ਨਾਲ ਕਿਵੇਂ ਆ ਤੁਹਾਡੀ ਯਾਰ ਮਾਮੀ ਮਾਮਾ ਨਾਨੀ ਨਾਨਾ ਬੜਾ ਮੋਹ ਕਰਦਿਆ ਮੇਰਾ ਤਾਂ ਇੱਥੋਂ ਤੱਕ ਕਿ ਮੇਰੀ ਮਾਮੀ ਦਾ ਪਤਿਆਉਰਾ ਤੇ ਮੇਰੀ ਤਾਈ ਦੀ ਸਾਲੇਹਾਰ ਜਨਾਨੀਆਂ ਦੀ ਸਾਲੇਹਾਰ ਨਹੀਂ ਹੁੰਦੀ ਮੇਰੇ ਤਾਏ ਦੀ ਸਾਲੇਹਾਰ ਮਤਲਬ ਸਭ ਠੀਕ ਹੈ ਬਸ ਐਤਕੀ ਤਾਂ ਮੈਨੂੰ ਕਹਿੰਦੀ ਸੀਗੀ ਭੂਆ ਵੀ ਰੱਖੜੀ ਭੇਜੂੰਗੀ ਤੇਰੇ ਡੈਡੀ ਲਈ ਸ਼ਾਇਦ ਭੇਜ ਹੀ ਦੇਵੇ ਵਾਹ ਬਈ ਵਾਹ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਯਾਰ ਤੁਹਾਡਾ ਬਹੁਤ ਵੱਡਾ ਪਰਿਵਾਰ ਹੈ ਮਹਾਰਾਜ ਦੀ ਕਿਰਪਾ ਨਾਲ ਪੂਰਾ ਹਰਿਆ ਭਰਿਆ ਬਾਗ ਪਰਿਵਾਰ ਹੈ ਤੁਹਾਡਾ ਉਹ ਯਾਰ ਹਲੇ ਤਾਂ ਤੂੰ ਸਾਡੇ ਵੱਡੇ ਮਸਿਓਕੜ ਨੂੰ ਨਹੀਂ ਮਿਲਿਆ ਇਹ ਮਸਿਓਕੜ ਕੀ ਹੁੰਦਾ ਜੀ ਨਹੀਂ ਸੁਣਿਆ ਨਾ ਉਹ ਸਾਡੇ ਬਹੁਤ ਰਿਸ਼ਤੇ ਇਹੋ ਜਿਹੇ ਨੇ ਜਿਹੜੇ ਸਮਾਜ ਨੇ ਹਲੇ ਤੱਕ ਸੁਣੇ ਵੀ ਹੈ ਨਹੀਂ ਸ਼ੁਕਰ ਕਰੋ ਪਹਿਲਾਂ ਨਿਕਲ ਗਈ ਹੈ ਤੂੰ ਕਿਤੇ ਵੱਡੇ ਮਸਿਓਕੜ ਤੋਂ ਛੋਟੇ ਤਰੌੜਾ ਜੀ ਤੇ ਨਹੀਂ ਆ ਗਿਆ ਉਹ ਗੁਰੂ ਰਿਸ਼ਤੇ ਤਾਂ ਉਹ ਬੋਲ ਜਿਹੜੇ ਹੁੰਦੇ ਆ ਉਹ ਯਾਰ ਜਿਹਦੇ ਹੈ ਹੀ ਨਹੀਂ ਉਹ ਹੁਣ ਰਿਸ਼ਤਿਆਂ ਬਾਰੇ ਕੀ ਬੋਲੇ ਕਿਉਂ ਜੀ ਹਾਂਜੀ ਨੇ ਤੇ ਹੀਰਲੀ ਮੱਝਾਂ ਚਾਰੀਆਂ ਸੀ ਤੂੰ ਹੀਰ ਨੂੰ ਹੀ ਚਾਰੀ ਜਾਂਦਾ ਇਹ ਗੱਲ ਸੁਣੀ ਸੁਣੀ ਜੀ ਨਹੀਂ ਲੱਗਦੀ ਕੈਰੀ ਓਨ ਜੱਟਾ ਕੈਰੀ ਓਨ ਜਸ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਬੋਲ ਬੋਲ
तुसी अपनी फैमिली नू लेके आ जाओ मेरे चाचा जी नू मिलाओ। की होया जस, तुसी ठीक हो? सवेरे तेरी फैमिली ने तेनू काड़ा पिया के भी भेजे है, फिर भी तेरी तबीयत ठीक नहीं हुई। हाँ ते जस, फिर कदों मिला रहे हो अपनी फैमिली? मैनू लगता है ग्रीन टी फस गई तेरे गले च। कर सो जस अपने डैडी नू मेरे चाचा जी ना मिलवा ही दो। डैडी ना अब डैडी हुन डैडी फस गए गले च, इहदा गला भी बहुत फसी है। हनी हनी बोल, तेरा नाम नहीं ले रहा हनी, मगा गला खराब है तेरा, केस जिन्ना वर्स्ट है मैं लगता हनी भी काम नहीं आना तेरा। तू ना अपने फैमिली डॉक्टर नू विखा। फैमिली फैमिली? हाँ सच, तेरे डैडी ते बाहर गए हुए सी ना किते? हाँ सच, मेरे डैडी ते बाहर गए हुए सी किते। ते सच तेरे डैडी वापस भी नहीं आए अजे? ते सच मेरे डैडी वापस भी नहीं आए अजे। फिर कदों तक आ जाएंगे थोड़े डैडी? सो कदों तक आ जाएंगे मेरे डैडी? मैनू लगता तेरे डैडी किते फस गए। हाँ मेरे डैडी ना युगांडा स्टेशन ते फस गए, उन्हां दी आखरी ट्रेन मिस हो गई स्टेशन तो। युगांडा? हाँ युगांडा तो कहीं ट्रेन चल पी इंडिया ली। मैं युगांडा कह गया? ओ बब यार, युगांडा दे नाल मिलदा जुलदा ना सी कोई, कुछ और सी। सेम टू सेम सी। हां बरेली यार, बरेली युगांडा ना मिलदा है? ओ यार कोई मिठा या ना सी, खंड खंड दा कोई चार चूड़ है। चार खंड? चार खंड ओथे मेरे डैडी फस गए। हां ता फिर अंकल नु जल्दी बुला लो। हां हां मैं हुने टेलीफोन करदा डैडी नु, ਭਾਵੇਂ ਬੱਸ ਪਿੱਛੇ ਲਟਕ ਕੇ ਆਉਣ, ਆਉਣਗੇ ਕਿਵੇਂ ਨਹੀਂ, ਫੈਮਿਲੀ ਮੈਟਰ ਹੈ। ਅੰਕਲ ਜੀ ਬੱਸ ਪਿੱਛੇ ਲਟਕ ਕੇ ਆ ਜਾਣਗੇ? ਲੈ ਉਹ ਫਿਕਰ ਨਾ ਕਰੋ ਜੀ, ਇਹਨੇ ਤਾਂ ਪੂਰਾ ਕੁਣਬਾ ਹੀ ਲਟਕਾ ਰੱਖਿਆ। ਹਾਸੇ ਪਾਉਂਦਾ ਯਾਰ, ਸੁਣਿਆ ਸੀ ਮੁਸੀਬਤ ਵੇਲੇ ਬੰਦਾ ਗਧੇ ਨੂੰ ਬਾਪ ਬਣਾ ਲੈਂਦਾ, ਮੈਂ ਤਾਂ ਉਹ ਵੀ ਨਹੀਂ ਬਣਾ ਸਕਦਾ। ਅਗਲਿਆਂ ਕਹਿਣਾ ਪਿਓ ਪੁੱਤਰ ਚੋਂ ਕੋਈ ਵੀ ਬੰਦਾ ਨਹੀਂ। ਚਲੇ ਤੂੰ ਕਿਹੜੀ ਗੱਲੋਂ ਡਰੀ ਜਾਂਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ, ਤੂੰ ਉਹਨੂੰ ਸਾਫ ਦੱਸ ਦੇ ਵੀ ਨਹੀਂ ਹੈਗੀ ਫੈਮਿਲੀ, ਹੁਣ ਤਾਂ ਅਗਲੀ ਤੇਰੇ ਪਿਆਰ 'ਚ ਪੈ ਹੀ ਗਈ ਹੈ। ਉਹ ਯਾਰ ਉਹਨਾਂ ਨਹੀਂ ਨਾ ਪਈ, ਹਲੇ ਘੱਟ ਆ ਥੋੜ੍ਹਾ ਜਿਹਾ। ਇੱਕ ਤਾਂ ਮੈਨੂੰ ਤੁਹਾਡੀ ਇਹ ਨਹੀਂ ਸਮਝ ਆਉਂਦੀ, ਤੁਸੀਂ ਅੱਜ ਕੱਲ੍ਹ ਦੇ ਮੁੰਡੇ ਪਿਆਰ ਸਮਝਦੇ ਕਿਹਨੂੰ ਯਾਰ? ਯਾਰ ਹਨੀ ਮੈਂ ਤਾਂ ਇਹ ਕਹਿਣਾ, ਤੂੰ ਹੀ ਦਾੜੀ ਚਿੱਟੀ ਕਰਕੇ ਮੇਰੇ ਨਾਲ ਮੇਰਾ ਬਾਪੂ ਬਣ ਜਾ। ਚੱਲ ਹੈ ਅੱਜ ਹੀ ਤਾਂ ਮਾਮਾ ਕਾਲੀ ਕੀਤੀ ਮੈਂ, ਅਜੇ ਤਾਂ ਮੈਂ ਬਰੱਸ਼ ਅਤੇ ਕੌਲੀ ਵੀ ਨਹੀਂ ਧੋ ਕੇ ਆ ਡਾਈ ਵਾਲ। ਉਮੀਦ ਤਾਂ ਹੋਣ ਆ ਗਿਆ। ਸਪੀਕਰ ਸਪੀਕਰ ਲਾ ਸਪੀਕਰ। ਹੈਲੋ ਮੀਤ। ਹਾਂ ਜਸ, ਆ ਗਏ ਤੁਹਾਡੇ ਡੈਡੀ? ਡੈਡੀ ਨੂੰ ਛੱਡ, ਡੈਡੀ ਨੂੰ ਛੱਡ, ਪਹਿਲਾਂ ਤੂੰ ਤੇ ਹਨੀ ਮਿਲ ਲਓ। ਚਾਚਾ ਜੀ ਤੇ ਮੈਂ ਤੂੰ ਤੇ ਚਾਚਾ ਜੀ ਮਿਲ ਲੈਂਦੇ ਹਾਂ। ਤੁਸੀਂ ਵੀ ਮਿਲ ਲਿਓ, ਪਰ ਪਹਿਲਾਂ ਵੱਡੇ ਤਾਂ ਮਿਲ ਲੈ। ਵੱਡਿਆਂ ਨੇ ਮਿਲ ਕੇ ਕੀ ਕਰਨਾ, ਵਿਆਹ ਤਾਂ ਤੂੰ ਤੂੰ ਤੇ ਹਨੀ ਨੇ ਕਰਨਾ। ਹਾਂ ਵਿਆਹ ਤਾਂ ਮੈਂ ਤੇ ਤੂੰ ਕਰਾਉਣਾ ਵਾ। ਆਹ ਕੀ ਗੱਲ ਬਣੀ, ਅੱਜ ਤੱਕ ਇਹੀ ਹੁੰਦਾ ਆਇਆ ਨਾ, ਫੈਮਿਲੀਜ਼ ਮਿਲ ਕੇ ਬੱਚਾ ਦਾ ਰਿਸ਼ਤਾ ਪੱਕਾ ਕਰਦੀਆਂ। ਤੇਰੇ ਚਾਚਾ ਜੀ ਨੂੰ ਮੈਂ ਵੱਢ ਦੂੰ। ਕੀ? ਕੱਲਾ ਮਿਲੂ, ਕੱਲਾ ਮੈਂ 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 ਤੇਰੇ ਚਾਚੇ ਨੂੰ ਕੱਲਾ ਮਿਲੂੰਗਾ। ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ? ਨਹੀਂ ਨਹੀਂ। ਕੀ? ਨਹੀਂ ਕਿਉਂ ਨਹੀਂ ਕਰਾਉਣਾ, ਮਤਲਬ ਕਰਾਉਣਾ ਹੈ। ਤਾਂ ਫਿਰ ਚੁੱਪ ਚਾਪ ਆਪਣੀ ਫੈਮਿਲੀ ਨੂੰ ਲੈ ਕੇ ਮੇਰੇ ਘਰੇ ਆ ਜਾਓ। ਮਤਲਬ ਜੇ ਮੈਂ ਫੈਮਿਲੀ ਲੈ ਕੇ ਮਿਲਣ ਨਹੀਂ ਆਇਆ ਤਾਂ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਏਂਗੀ? ਮਤਲਬ ਕਿ ਤੁਸੀਂ ਫੈਮਿਲੀ ਨੂੰ ਲੈ ਕੇ ਨਹੀਂ ਆਉਣਾ? ਯਾਰ ਤੂੰ ਸਮਝਣ ਦੀ ਕੋਸ਼ਿਸ਼ ਕਰ ਨਾ ਪਲੀਜ਼। ਮੈਂ ਕੁਛ ਨਹੀਂ ਸਮਝਣਾ, ਜਿਵੇਂ ਮਰਜ਼ੀ ਫੈਮਿਲੀ ਲੈ ਕੇ ਆਓ। ਯਾਰ ਤੂੰ ਲਿਖ ਕੇ ਲੈ ਲਾ, ਮੇਰੇ ਕੋਲੋਂ ਕਿਤੇ ਨਹੀਂ ਜਾਣਾ ਇਹਨੇ। 36 ਦੇਖੀਆਂ ਇਹੋ ਜਿਹੀਆਂ, ਮਤਲਬ 36 ਕੇਸ ਦੇਖੇ ਇਹੋ ਜਿਹੇ, ਮੈਂ 100 ਤੋਂ ਵੱਧ ਰਿਸ਼ਤਾ ਕਰਾਤਾ। ਤੂੰ ਐਂ ਕਰ ਇਹਦਾ ਫੋਨ ਚੱਕਣਾ ਬੰਦ ਕਰ ਦੇ, ਫਿਰ ਜਦੋਂ ਇਹਨੂੰ ਛਿੜੀਆਂ ਨਾ ਘਬਰਾਟਾਂ, ਭਾਈ ਜਸ ਤੇ ਹੱਥੋਂ ਨਿਕਲਦਾ ਜਾ ਰਿਹਾ। ਵੇਖੀ ਤੇਰੇ ਮਗਰ ਮਗਰ ਫਿਰਦੀ ਵੀ, ਤੂੰ ਕੱਲਾ ਹੀ ਆ ਜਾ, ਆ ਤੇ ਜਾ। ਕਿੱਦਾਂ ਬਈ, ਐਡਵਾਂਸ ਹੀ ਆ ਕੇ ਬਹਿ ਗਿਆ ਅੱਜ? ਉਹ ਸਕੀਮ ਦਿੱਤੀ ਸੀ ਨਾ ਤੂੰ ਉਮੀਦ ਦਾ ਫੋਨ ਨਾ ਚੱਕਣ ਦੀ, ਉਹਦਾ ਰਿਜ਼ਲਟ ਆ ਗਿਆ। ਆਉਣਾ ਹੀ ਸੀ। ਕੋਈ ਨਾ, ਨਾ ਚੱਕ ਮੇਰਾ ਫੋਨ, ਮੈਂ ਸਭ ਸਮਝ ਗਈ ਹਾਂ, ਤੂੰ ਮੇਰੇ ਨਾਲ ਵਿਆਹ ਨਹੀਂ ਨਾ ਕਰਾਉਣਾ ਚਾਹੁੰਦਾ। ਮੈਂ ਆਪਣੇ ਚਾਚੇ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਉਣ ਜਾ ਰਹੀ ਹਾਂ। ਐਂ ਵਸਾਉਣਾ ਲੋਕਾਂ ਦੇ ਘਰ ਤੂੰ, ਬਕਵਾਸ ਮਾਰਦਾ ਆਖੇ ਫੋਨ ਨਾ ਚੱਕੀ, ਨਾਲੇ ਕੁਛ ਹੋਰ। ਜਸਵੀਰੇ ਗੱਲ ਸੁਣ ਮੇਰੀ। ਓਯਾ ਬੰਦ ਕਰ ਦੇ ਮੈਰਿਜ ਬਿਊਰੋ, ਸਰਦੀਆਂ ਆਉਣ ਵਾਲੀਆਂ ਮੂੰਗਫਲੀ ਵੇਚਿਆ ਕਰ। ਆਖੇ ਮੈਂ 100 ਵਿਆਹ ਕਰਾਤੇ, ਤਜਰਬਾ ਮੇਰਾ ਠੋਲੂ ਤਜਰਬਾ ਤੇਰਾ, ਮੈਂ ਗਰੰਟੀ ਨਾਲ ਕਹਿਣਾ ਉਹ 100 ਦਾ 100 ਜੋੜਾ ਤੈਨੂੰ ਲਾਣ ਤਾਂ ਪਾਉਂਦਾ ਹੋਊ। ਯਾਰ ਐਡੀ ਵੀ ਗੱਲ ਨਹੀਂ ਹੈ ਜਸ,
हो सकता 10 के विचों लांता पाउंदे होण बाकी 90 ते कदों दे अड उड हो के ते अपना इधर उधर सेटल हो चुके ने वीरे गलती है मेरी जेड़ा मैं तेरियां गल्लां च आ गया आज तो बाद मुंह नहीं लाउणा तेनू पहला तेरा नंबर डिलीट करदा फोन चो मैं भी बोल्ड अखरां च लिखिया सी हनी वीरा कोई नहीं यार विचोलियां दी किस्मत ही माड़ी हुंदी बेचारियां दी लोकी विचोले नू मुंदरी भावें दिलों पाउण ना पाउण लांता टिड्डों ही पाउंदे आ विचोलियां नू हनी जी तू किवें छोटे वीर पैरी हाथ लाउण दी रीत छड्डती नहीं जी बस थोड़े वेले हुण मैं इंतजार कर रहा सी पैरी पैरा ओए तेरे तो उम्र छोटी है ओदी अच्छा जी मैं तो पैरे देखे जी मुंह देखे ही नहीं अच्छा हनी जी गल है यार कि जिवें तुसी सानू चंगा मुंडा लभ के दित्ता ना जी ओवें इहनां दी भतीजी वास्ते एक वधिया जिहा मुंडा लभ के दो हां हां लभांगे क्यों नहीं लभांगे आओ अंदर आ जाओ तुसी आओ जी अंदर चलो पुल्लू साहब रिश्ते तां बहुत है पर एक वारी मैं आप देख परख लवां फिर थोड़े नाल मिला देंगे जी इहनां दी बस इक्को शर्त है जी जी मुंडा फैमिली वाला चाहिए तुसी मैनूं 2 दिन दा टाइम दिओ ते मैं कोई बहुत अच्छी जी फैमिली तुहाडे नाल मिलाउणा है आप तस्वीर अमीत दी जी ਤੁਸੀ ਬਸ ਚੰਗਾ ਜਿਹਾ ਪਰਿਵਾਰ ਲੈ ਕੇ ਆ ਜਾਓ ਨੋ ਵਰੀਸ ਆਈ ਵਿਲ ਡੂ ਇਟ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਜੀ ਭਾਜੀ ਇੱਕ ਮਿੰਟ ਪੈਰੀ 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 ਉਹ ਲਾ ਤਾਂ ਦਿੱਤੇ ਸੀ ਉਹ ਭਾਜੀ ਉਹ ਆਉਣ ਵੇਰੀ ਦੇ ਸੀ ਕਿ ਜਾਣ ਵੇਰੀ ਦੇ ਨੇ ਖੁਸ਼ ਰਹਿ ਬਈ ਚਲੋ ਜੀ ਗਿਆ ਨਹੀਂ ਹਲੇ ਕਈ ਵਾਰੀ ਬੰਦੇ ਤੋਂ ਵੱਧ ਘੱਟ ਬੋਲਿਆ ਜਾਂਦਾ ਹਨੀ ਵੀਰੇ ਸੌਰੀ ਬੋਲਣ ਲਈ ਖੜਾ ਸੀਗਾ ਕੋਈ ਨਹੀਂ ਉੱਥੋਂ ਬੋਲਦੇ ਨਹੀਂ ਸੀ ਸੌਰੀ ਚੱਲ ਕੋਈ ਨਹੀਂ ਹੁਣ ਜੇ ਆਏ ਗਏ ਮੇਰੀ ਹੈਲਪ ਹੀ ਕਰ ਦੇ ਇਹਨਾਂ ਚੋਂ ਜਰਾ ਛਾਂਟ ਕੇ ਦੱਸ ਮੀਤ ਵਾਸਤੇ ਕਿਹੜਾ ਮੁੰਡਾ ਵਧੀਆ ਰਹੇਗਾ ਵੀਰੇ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਅੱਜ ਖਾਣੀ ਭੁੱਲ ਗਿਆ ਸੀ ਕੋਈ ਗੱਲ ਨਹੀਂ ਆਪਾਂ ਤੇਰੀ ਮਸ਼ੂਕ ਵਾਸਤੇ ਇਹੋ ਜਿਹਾ ਰਿਸ਼ਤਾ ਲੱਭ ਦੇਣਾ ਨਾ ਤੇਰੀਆਂ ਦਵਾਈਆਂ ਦਵਾਈਆਂ ਸਾਰੀਆਂ ਛੁੱਟ ਜਾਣੀਆਂ ਜੇ ਮੇਰੇ ਘਰ ਦੇ ਜੁੱਤੇ ਹੁੰਦੇ ਨਾ ਲਾ ਕੇ ਤੇਰੇ ਮਾਰਦੇ ਜੁੱਤੀ ਭਾਈ ਤੈਨੂੰ ਕਿਸੇ ਇੱਜ਼ਤਦਾਰ ਬੰਦੇ ਨਾਲ ਗੱਲ ਕਰਨ ਦੀ ਤਮੀਜ਼ੀ ਹੈ ਨਹੀਂ ਯਾਰ ਉਹ ਮੋਟਿਆਂ ਜਿਹਾ ਤੇ ਤੂੰ ਪੈਰ ਫੜੀ ਜਾਂਦਾ ਸੀ ਮੈਨੂੰ ਤਾਣੋ ਫੜਨ ਨੂੰ ਫਿਰਦਾ ਸੀ ਯਾਰ ਤੂੰ ਵੀਰੇ ਸੱਚੀ ਅੱਜ ਦਵਾਈ ਲੈਣੀ ਭੁੱਲ ਗਿਆ ਸੀ ਮੈਂ ਇੰਨੀਆਂ ਲਾਹਨਤਾਂ ਯਾਰ ਮੇਰੇ ਤਾਂ ਕੀ ਪੈਣੀਆਂ ਮੈਂ ਤਾਂ ਕਦੇ ਕਿਸੇ ਦੇ ਨਹੀਂ ਪੈਂਦੀਆਂ ਦੇਖੀਆਂ ਜਿੰਨੀਆਂ ਅੱਜ ਤੂੰ ਮੇਰੇ ਪਾਈਆਂ ਆਹ ਦੱਸ ਮੁੰਡਾ ਕਿੱਦਾਂ ਰਹੂ ਮੀਤ ਵਾਸਤੇ ਹਾਏ ਰੱਬਾ ਮੈਂ ਕਿਉਂ ਨਹੀਂ ਖਾਧੀ ਦਵਾਈ ਹਨੀ ਵੀਰੇ ਨਾਲ ਗੁਸਤਾਖੀ ਕਰ ਗਿਆ ਫੋਟੋ ਤਾਂ ਦੇਖ ਲਾ ਵੀਰੇ ਤੇਰੇ ਕੜਾ ਕਿਹੜੇ ਸਾਈਜ਼ ਦਾ ਹੁੰਦਾ ਕੜਾ ਦੇਖ ਲੈ ਬਾਹ 'ਚ ਭਾਵੇਂ ਪੂਰਾ ਆਵੇ ਨਾ ਆਵੇ ਗਲ 'ਚ ਆ ਜਾਵੇ ਬਸ ਉਹ ਮੈਂ ਤੇਰੇ ਸੋਨੇ ਦੀ ਇੱਟ ਮਾਰੂੰਗਾ ਜੋ ਮਰਜ਼ੀ ਤੜਾ ਤੜਾ ਕੇ ਬਣਾ ਲਈ ਹੱਥ ਪਿੱਛੇ ਕਰ ਲੈ ਕਿਉਂ ਕਿਉਂਕਿ ਸ਼ਰਤ ਇਸ ਰਿਸ਼ਤੇ ਦੇ ਵਿੱਚ ਵੀ ਉਹੀ ਹੈ ਮੁੰਡਾ ਫੈਮਿਲੀ ਵਾਲਾ ਹੀ ਚਾਹੀਦਾ ਓਏ ਇੱਕ ਵਾਰੀ ਮੀਤ ਨੂੰ ਗਵਾ ਕੇ ਦੇਖ ਲਿਆ ਦੂਜੀ ਵਾਰੀ ਨਹੀਂ ਗਵਾਉਣਾ ਹੁਣ ਤਾਂ ਬਸ ਇਹ ਦੇਖਣਾ ਹੈ ਕਿ ਕਿਹਦੀ ਫੈਮਿਲੀ ਨੂੰ ਆਪਣੀ ਫੈਮਿਲੀ ਬਣਾ ਲਈ ਬਸ 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 ਤੈਨੂੰ ਸਭ ਰੁਕੋ ਰੁਕੋ ਜੀ ਆ ਗਏ ਆਪਾਂ ਆਜੋ 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 ਆਹੀ ਕੋਠੀ ਹੈ ਆਜੋ ਟਿਲੋਂ ਸਾਹਿਬ ਯਾਰ ਮੈਂ ਕਹਿੰਦਾ ਆਪਾਂ ਗੋਲਡੀ ਨੂੰ ਨਾਲ ਹੀ ਲੈ ਆਉਂਦੇ ਹੱਥੋ ਹੱਥੀ ਅੱਜ ਕੰਮ ਨਿਬੇੜ ਹੀ ਦਿੰਦੇ ਉਹ ਟਿਲੋਂ ਸਾਹਿਬ ਤੁਹਾਨੂੰ ਪਤਾ ਤਾਂ ਹੈਗਾ ਗੋਲਡੀ ਦੀ ਅਕਲ ਦਾ ਐਵੇਂ ਕੋਈ ਕਲੇਸ਼ ਪਾਊਗਾ ਪਹਿਲਾਂ ਤੁਸੀਂ ਮਿਲ ਲਓ ਬਾਅਦ ਚੋਂ ਲਿਆਵਾਂਗੇ ਵੈਸੇ ਮੈਨੂੰ ਹਨੀ ਜੀ ਨੇ ਸਾਰਾ ਕੁਛ ਦੱਸਤਾ ਸੀ ਤੁਹਾਡੇ ਬਾਰੇ ਕਾਕਾ ਫਿਰ ਨਾਲ ਹੀ ਕਰਦਾ ਜੀ ਵਕਾਲਤ ਹਾਂਜੀ ਹਾਂਜੀ ਬਸ ਜੀ ਸਮਝ ਲਓ ਜਿੰਨਾ ਚਿਰ ਪਿਓ ਪੋਤੀ ਨਿਭਦੀ ਆ ਵਕਾਲਤ ਕਰੀ ਜਾਂਦੇ ਆ ਕਾਕਾ ਜੀ ਦੀਆਂ ਹੌਬੀਜ਼ ਕੀ ਨੇ ਕਾਕਾ ਜੀ ਸ਼ਤਰੰਜ ਬਹੁਤ ਸੋਹਣੀ ਖੇਡਦੇ ਆ ਬਸ ਨਾਲ ਬੈਠਾ ਬੰਦਾ ਦੱਸਣ ਵਾਲਾ ਹੋਵੇ ਕਿ ਇੱਥੋਂ ਮੋਹਰਾ ਚੱਕ ਕੇ ਇੱਥੇ ਰੱਖਣਾ ਮੈਂ ਦੱਸ ਲਾਂ ਨਹੀਂ ਦੱਸ ਲੈਂਦੇ ਜੀ ਜਿਸ ਹਿਸਾਬ ਨਾਲ ਤੁਸੀਂ ਮੋਹਰਾ ਚੱਕ ਕੇ ਰੱਖਿਆ ਆਪਣਾ ਰਾਜਾ ਮਾਰਿਆ ਜਾਣਾ ਵੈਸੇ ਇਹਨਾਂ ਨੂੰ ਵੱਧ ਪਤਾ ਜੀ ਕੈਰੀਅਨ ਜਿੱਟ ਕੋਟ ਤੋਂ ਫ੍ਰੀ ਹੋ ਕੇ ਤਾਂ ਗੋਲਫ ਚੱਲਦੀ ਹੈ ਤੇ ਜਿੱਦਣ 5-7 ਚੋਟੀ ਦੇ ਪਲੇਅਰ ਇਕੱਠੇ ਹੋਏ ਹੋਣ ਉਦਣ ਪਿੱਠੂ ਗਰਮ ਪਿੱਠੂ ਗਰਮ ਬਚਪਨ ਯਾਦ ਕਰਾਤਾ ਦੇਖੋ ਜੀ ਮੈਨੂੰ ਰਿਸ਼ਤਾ ਬਹੁਤ ਸੋਹਣਾ ਲੱਗਿਆ ਬਾਕੀ ਜੇ ਮੁੰਡੇ ਕੁੜੀ ਨੇ ਕੋਈ ਇਕੱਲਿਆਂ ਬੈਠ ਕੇ ਗੱਲ ਕਰਨੀ ਤਾਂ ਕਰ ਸਕਦੇ ਨੇ ਇਕੱਲਿਆਂ ਨਹੀਂ ਬਿਠਾਉਣਾ ਗੋਲਡੀ ਨੂੰ ਗੱਲ ਵਿਗੜ ਜਾਣੀ ਹੈ ਕੀ ਗੱਲਾਂ ਕਰਦੇ ਹੋ ਤੁਸੀਂ ਵੀ ਸੰਧੂ ਸਾਹਿਬ
ਭਾਵੇਂ ਅਸੀਂ ਚਾਦਰਿਆਂ ਤੋਂ ਪੈਂਟਾਂ ਤੱਕ ਪਹੁੰਚ ਗਏ ਹਾਂ ਪਰ ਸਾਡੇ ਖਿਆਲਾਂ ਤਾਂ ਅਜੇ ਵੀ ਪੁਰਾਣੇ ਆ। ਮੈਂ ਨਹੀਂ ਚਾਹੁੰਦਾ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਆਪਸ ਵਿੱਚ ਘੁਸਰ ਫੁਸਰ ਕਰਨ, ਕੱਚੇ ਚੌਲਾਂ ਵਿੱਚੋਂ ਕੋਈ ਵੀ ਗੱਲ ਖੁੱਲ ਸਕਦੀ ਹੈ। ਸੋ ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਜੋ ਵੱਡਿਆਂ ਨੇ ਫੈਸਲਾ ਕਰਤਾ ਸੋ ਕਰਤਾ। ਕਿਉਂ ਜੀ, ਮੁੰਡਾ ਤੇ ਐਡਾ ਸਾਊ ਹੈ ਨਾ, ਕਿਸੇ ਕੇਸ 'ਚ ਆਪਣੇ ਤੋਂ ਵੱਡੀ ਉਮਰ ਦਾ ਵਕੀਲ ਆ ਜੇ ਨਾ ਸਾਹਮਣੇ, ਆਪਣੇ ਕਲਾਇੰਟ ਨੂੰ ਭਾਵੇਂ ਫਾਂਸੀ ਲੱਗ ਜੇ, ਉਸ ਵਕੀਲ ਨਾਲ ਮੁੰਡਾ ਬਹਿਸ ਨਹੀਂ ਕਰਦਾ। ਸੁਣ ਲਓ, ਇਸ ਤੋਂ ਸੱਚੀ ਸੁੱਚੀ ਫੈਮਿਲੀ ਕਿਤੇ ਹੋਰ ਮਿਲ ਸਕਦੀ ਹੈ ਤੁਹਾਨੂੰ? ਨਹੀਂ ਮਿਲ ਸਕਦੀ ਜੀ, ਨਹੀਂ ਮਿਲ ਸਕਦੀ। ਮੈਨੂੰ ਰਿਸ਼ਤਾ ਮਨਜ਼ੂਰ ਹੈ। ਫਿਰ ਪਾਓ ਜੱਫੀ। ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਕੁੜੀਆਂ ਤੇ ਕੁੜੀਆਂ ਨੇ ਕੁੜੀਆਂ ਦਾ ਕੀ ਹੈ, ਵੇਖੋ ਮੈਂ ਤੇ ਇਹ ਗੱਲ ਮੰਨਦਾ ਨਹੀਂ ਹੈਗਾ ਜੀ। ਜ਼ਰਾ ਖੁੱਲ ਕੇ ਦੱਸੋ, ਮੇਰੇ ਕੋਈ ਗੱਲ ਸਮਝ ਨਹੀਂ ਆਈ। ਜੀ ਜਦੋਂ ਮੈਂ ਡੈਡੀ ਨੂੰ ਦੱਸਿਆ ਕਿ ਮੈਂ ਤੇ ਮੀਤ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਾਂ, ਬਸ ਤੱਪ ਗਏ। ਓਹੋ, ਉਹੀ ਪੁਰਾਣੇ ਖਿਆਲਾਤ। ਪੁਰਾਣੇ ਨਹੀਂ ਜੀ, ਘਟੀਆ ਖਿਆਲਾਤ। ਉਹਨਾਂ ਨੂੰ ਇਹ ਲੱਗਾ ਜਿੱਥੇ ਪਹਿਲਾਂ ਹੀ ਜਾਣ ਪਛਾਣ ਹੈ ਉੱਥੇ ਦਾਜ ਕਿੱਦਾਂ ਮੰਗਾਂਗੇ। ਇਹਦਾ ਮਤਲਬ ਹੁਣ ਤੁਸੀਂ ਦੋਵੇਂ ਦਾਜ ਦੀ ਗੱਲ ਕਰ ਰਹੇ ਹੋ? ਨਾਨਾ ਜੀ, ਮੈਂ ਤਾਂ ਦਾਜ ਦੇ ਸਖ਼ਤ ਖਿਲਾਫ਼ ਹਾਂ ਜੀ। ਜਿਹੜੀਆਂ ਜਿਹੜੀਆਂ ਚੀਜ਼ਾਂ ਮੇਰੇ ਡੈਡੀ ਨੂੰ ਦਾਜ 'ਚ ਮਿਲੀਆਂ ਸੀ ਨਾ, ਵੱਡਾ ਹੋ ਕੇ ਸਭ ਤੋਂ ਪਹਿਲਾਂ ਮੈਂ ਆਪਣੇ ਨਾਨਕਿਆਂ ਨੂੰ ਉਹੀ ਮੁੜ ਕੇ ਆਇਆ। ਇਹ ਤਾਂ ਬਾਈ ਚਾਂਸ ਉਦੋਂ ਜੰਮਿਆ ਨਹੀਂ ਸੀ, ਨਹੀਂ ਤਾਂ ਇਹਨੇ ਨਾਨਕੇ ਦਾਦਕੇ ਡੌਰੀ ਕੇਸ 'ਚ ਦੋਨੋਂ ਅੰਦਰ ਕਰਾ ਦੇਣੇ ਸੀ, ਕਿਉਂਕਿ ਦਾਜ ਦੇ ਬੜਾ ਸਖ਼ਤ ਖਿਲਾਫ਼ ਹੈ। ਕਿੰਨੇ ਚੰਗੇ ਖਿਆਲਾਤ ਨੇ ਕਾਕਾ ਜੀ ਦੇ। ਹੁਣ ਆਪਾਂ ਗੱਲ ਅੱਗੇ ਕਿਵੇਂ ਤੋਰਦੇ? ਦੇਖੋ ਜੀ, 5-7 ਸਾਲਾਂ ਦੀ ਗੱਲ ਹੈ, ਡੈਡੀ ਦੀ ਸੋਚ ਆਪਣੇ ਆਪ ਬਦਲ ਜੂਗੀ। ਪਰ ਯਾਰ ਕਮਲਿਆ, ਆਪਾਂ ਚਾਚਾ ਜੀ ਨੂੰ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ 5-7 ਸਾਲ ਆਪਣੀ ਜਵਾਨ ਕੁੜੀ ਨੂੰ ਘਰ ਬਿਠਾ ਕੇ ਰੱਖਣ। ਗੱਲ ਤਾਂ ਠੀਕ ਹੈ ਯਾਰ, ਜਿਹੜੀ ਮਹਿੰਦੀ ਮੀਤ ਨੇ ਵਿਆਹ ਵੇਲੇ ਹੱਥਾਂ 'ਤੇ ਲਾਉਣੀ ਸੀ, ਉਹਨੂੰ ਵਿਚਾਰੀ ਨੂੰ ਸਿਰ 'ਤੇ ਲਾਉਣੀ ਪਊਗੀ। ਹੁਣ ਆਪਾਂ ਚਾਚਾ ਜੀ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਦਫ਼ਾ ਕਰੋ ਇਹਦੇ ਇਹੋ ਜਿਹੇ ਲਾਲਚੀ ਪਿਓ ਨੂੰ। ਕਿ ਨਿਭਾਉਣੀ ਤਾਂ ਮੈਂ ਅਤੇ ਮੀਤ ਨੇ ਆ। ਚਾਚਾ ਜੀ ਨੂੰ ਇਹ ਵੀ ਨਹੀਂ ਨਾ ਕਹਿ ਸਕਦੇ ਆਪਾਂ ਕਿ ਸ਼ਾਦੀ ਤੋਂ ਬਾਅਦ ਤੁਸੀਂ ਦੋਵਾਂ ਨੇ ਜਾ ਕੇ ਰਹਿਣਾ ਤਾਂ ਕਨੇਡਾ ਹੀ ਹੈ। ਡੈਡੀ ਮੰਨਣ ਚਾਹੇ ਨਾ ਮੰਨਣ, ਕੀ ਫਰਕ ਪੈਂਦਾ? ਹੁਣ ਤਾਂ ਚਾਚਾ ਜੀ ਗੁਰਦੁਆਰੇ ਲਿਜਾ ਕੇ ਤੁਹਾਡਾ ਦੋਵਾਂ ਦਾ ਵਿਆਹ ਕਰ ਦੇਣ। ਪਰ ਆਪਾਂ ਇਹ ਗੱਲ ਚਾਚਾ ਜੀ ਨੂੰ ਕਹਿ ਨਹੀਂ ਨਾ ਸਕਦੇ। ਹਨੀ, ਕਿਉਂ ਨਹੀਂ ਕਹਿ ਸਕਦੇ? ਜਿਹੜੀ ਗੱਲ ਸਹੀ ਹੈ ਸਹੀ ਹੈ, ਜਿਹੜੀ ਗੱਲ ਗਲਤ ਹੈ ਗਲਤ ਹੈ। ਬਾਕੀ ਜਿਵੇਂ ਤੁਹਾਡਾ ਖਿਆਲ ਹੈ, ਮੈਂ ਤੁਹਾਡਾ ਦੋਵਾਂ ਦਾ ਲਿਜਾ ਕੇ ਆਨੰਦ ਕਾਰਜ ਕਰਾ ਦੇਣਾ ਗੁਰਦੁਆਰੇ 'ਚ। ਰਹੀ ਤੁਹਾਡੇ ਫਾਦਰ ਸਾਹਿਬ ਦੀ ਗੱਲ, ਡੋਂਟ ਮਾਈਂਡ ਇਟ ਸਰਦਾਰ ਜੀ। ਇਹੋ ਜਿਹੇ ਲਾਲਚੀ ਬੰਦੇ ਦਾ ਪਰਿਵਾਰ ਨੂੰ ਆਸ਼ੀਰਵਾਦ ਮਿਲਿਆ ਨਾ ਮਿਲਿਆ ਕੀ ਫਰਕ ਪੈਂਦਾ? ਕੋਈ ਫਰਕ ਨਹੀਂ। ਮੈਂ ਫਿਰ ਪਾਠੀ ਸਿੰਘ ਨਾਲ ਗੱਲ ਕਰ ਰਿਹਾ ਜੀ। ਦੇਖੋ ਬੱਚੇ, ਮੈਂ ਅੱਜ ਤੱਕ ਮੀਤ ਨੂੰ ਕਦੇ ਉਹਦੇ ਪੇਰੈਂਟਸ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਬਸ ਇਹ ਜ਼ਿੰਮੇਵਾਰੀ ਅੱਜ ਤੋਂ ਤੁਹਾਡੀ ਹੈ। ਲੈ ਚਾਚਾ ਜੀ, ਤੁਸੀਂ ਫਿਕਰੇ ਨਾ ਕਰੋ ਜੀ। ਹੈ ਅੱਛਾ, ਮੈਂ 2-4 ਦਿਨ ਦੇ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ, ਤੁਸੀਂ ਸਲਾਹ ਕਰਕੇ ਦੱਸ ਦਿਓ ਕਦੋਂ ਆਉਣਾ। ਮੇਰੇ ਲਈ ਤਾਂ ਜੀ ਵਿਹਲੇ ਹੀ ਆਪਾਂ, ਭਾਵੇਂ ਆਪਾਂ ਵੀ ਨਾਲ ਚੱਲ। ਡੈਡੀ ਚਲੋ ਸਭ, ਡੈਡੀ 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 ਨੇ ਕਿਹਾ ਸੀ ਕਹਿੰਦਾ ਵੀ ਉਹ ਕੋਰਟ ਦੇ ਵਿੱਚ ਅੱਜ ਪੇਸ਼ੀ ਆ, ਮੈਨੂੰ ਜਲਦੀ ਲੈ ਜਾ ਹਨੀ। ਹਾਂ ਸੱਚ, ਮੈਨੂੰ ਵੀ ਜਾਈ ਸਾਹਿਬ ਦਾ ਫੋਨ ਆਇਆ ਸੀ ਕਿ ਯਾਰ ਟਾਈਮ ਨਾਲ ਹੀ ਆ ਜਾਓ, ਫਿਰ ਕਚਹਿਰੀ ਬੰਦ ਕਰਨੀ ਹੁੰਦੀ ਹੈ। ਬਿਲਕੁਲ ਬੇਟਾ, ਕੰਮ ਪਹਿਲਾਂ। ਕੈਨੇਡਾ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਤਾਂ ਬੜੇ ਕੈਨੇਡਾ ਲਈ ਆ ਚਾਚਾ ਜੀ, ਪਰ ਹੁਣ ਮਾਫੀ, ਸਾਨੂੰ ਜਾਣਾ ਪੈਣਾ। ਓਕੇ, ਮੀਤ ਚੱਲਦਾ। ਤੰਦਰੋ ਆ ਕੀ ਕਰਤਾ, ਹੁਣ ਮੈਂ ਆਪਦਾ ਵਿਆਹ ਕਿਵੇਂ ਕਰਾਊਂ? ਯਾਰ ਥੋੜ੍ਹੇ ਦਿਨਾਂ ਦੀ ਗੱਲ ਆ, ਉਸ ਤੋਂ ਬਾਅਦ ਮੈਂ ਕੈਨੇਡਾ ਲੰਘ ਜਾਣਾ ਵਾਂ, ਸਭ ਕੁਛ ਠੀਕ ਹੋਜੂ ਆਪਣੇ ਆਪ। ਨਾਲੇ ਯਾਰ ਆਪਾਂ ਤਾਂ ਸਾਰੀ ਕਚਹਿਰੀ ਘੁੰਮ ਕੇ ਵੇਖ ਲਈ, ਕੋਈ ਜਵਾਬ ਮਿਲਦਾ? ਇਹੋ ਜਿਹੇ ਵਿਗੜੇ ਕੇਸਾਂ ਦਾ ਇੱਕੋ ਹੀ ਵਕੀਲ ਹੈ, ਗੋਲਡੀ ਵਕੀਲ। ਆਹੀ ਤਾਂ ਪੰਗਾ ਹੈ, ਹੁਣ ਦੱਸੋ ਕਰਨਾ ਕੀ ਹੈ? ਯਾਰ ਦੇਖ, ਤੇਰੇ ਡੈਡੀ ਮੇਰੀ ਘਰਵਾਲੀ ਨੂੰ ਤੇਰੀ ਘਰਵਾਲੀ ਸਮਝ ਕੇ ਆਪਣੇ ਘਰ ਲਿਆਏ ਨੇ, ਬਸ ਇਸੇ ਸਿਚੁਏਸ਼ਨ ਨੂੰ ਹੈਂਡਲ ਕਰਨਾ ਵਾਂ। ਡੈਡੀ ਹੁਣੇ ਮੈਨੂੰ ਫੋਨ 'ਤੇ ਇੰਨੀਆਂ ਗਾਲਾਂ ਕੱਢ ਕੇ ਹਟੇ ਨੇ, ਜੇ ਕਿਤੇ ਮੈਂ ਸਾਹਮਣੇ ਆ ਗਿਆ ਮੇਰਾ ਤਾਂ ਜਲੂਸ ਕੱਢ ਦੇਣਗੇ। ਯਾਰ ਤੈਨੂੰ ਦੱਸੀ ਤਾਂ ਜਾਂਦੇ, ਅਸੀਂ ਤਾਂ ਕਿਸੇ ਵਕੀਲ ਕੋਲ ਵੀ ਜਾ ਸਕਦੇ ਸੀ, ਪਰ ਅਗਲਾ ਹਰੇਕ ਹੀ ਕਹਿੰਦਾ ਵਾ ਇਹੋ ਜਿਹਾ ਵਿਗੜਿਆ ਕੇਸ ਇੱਕੇ ਬੰਦਾ ਹੈਂਡਲ ਕਰ ਸਕਦਾ, ਗੋਲਡੀ ਵਕੀਲ। ਇੰਨੀ ਕਾਬਲੀਅਤ ਵੀ ਪੰਗਾ ਹੀ ਹੈ। ਕਰਦਾ ਕੁਛ। ਕਿਸੇ ਵੀ ਹਾਲਾਤ ਦੇ ਵਿੱਚ ਮੀਤ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਢਿੱਲੋਂ ਸਾਹਿਬ ਤੇਰੇ ਡੈਡੀ ਆ, ਤੇ ਢਿੱਲੋਂ ਸਾਹਿਬ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਮੀਤ ਮੇਰੀ ਘਰ ਵਾਲੀ ਆ। ਖੜਜਾ ਖੜਜਾ, ਮੀਤ ਮੇਰੇ ਡੈਡੀ ਆ, ਢਿੱਲੋਂ ਸਾਹਿਬ ਕਿਹਦੇ ਘਰ ਵਾਲੀ ਆ ਯਾਰ? ਪਹਿਲੀ ਪੇਸ਼ੀ ਤੇ ਹੀ ਬੌਂਦਲ ਗਿਆ ਯਾਰ ਤੂੰ, ਤੈਨੂੰ ਰੱਬ ਨੇ ਮੌਕਾ ਦਿੱਤਾ ਸਾਬਤ ਕਰ ਪਿੱਤਰ ਪਿਓ ਵਧੀਆ ਵਕੀਲ ਆ ਤੇ ਤੂੰ ਵਧੀਆ ਵਕੀਲ ਹੈ। ਠੀਕ ਹੈ, ਪਰ ਯਾਰ ਮੈਂ ਕਦੇ ਇਹੋ ਜਿਹਾ ਕੰਮ ਕੀਤਾ ਨਹੀਂ ਭਰਾਵਾ। ਉਹ ਯਾਰ ਸਾਡਾ ਕਿਹੜਾ ਇਹ ਬਿਜ਼ਨਸ ਆ, ਫਸਾਇਆ ਵੀ ਤੂੰ ਹੀ ਆ। ਖੜਜਾ ਯਾਰ, ਮੀਤ ਤੇਰੇ ਘਰ ਵਾਲੀ ਆ, ਢਿੱਲੋਂ ਸਾਹਿਬ ਤੇਰੇ ਡੈਡੀ ਨੇ ਫਸਾਇਆ ਮੈਂ। ਓ ਯਾਰ ਕੀ ਹੈ ਯਾਰ,
पहुंच गया। आ गया। मीता समान चक ते अंदर पहुंचा। साहब जी तुहाडी नूं बहुत सोहणी आ। ओए गोल्डी तैनूं बधाइयां। कल्ले गोल्डी नूं क्यों बधाइयां, सब दियां बधाइयां बनदियां ने। खुशियां दा माहौल, बधाइयां। भाई सब नूं बधाइयां, सब नूं बधाइयां। अपनी घर वाली दा समान आप चक्की दा, किसे तों नहीं चकाईदा। कल्ला बंदा हुण दो दो बैग किवें चके, नाले वैसे भी जस्ट ब्याह तों बाद लाड़े नूं इन्ना समान नहीं चकाईदा। क्यों, लाड़े ते ग्लूकोज़ लग्गिया। आओ 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 आओ। यार नू आई है कि कबूतर आया। आओ 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 जी, आओ जी, जी आया। गोल्डी अंदर सामान रख के जरा बाहर है, तेरे ना गल करनी। ओके ठीक है, आ जाऊंगा। चुचू मनु को गड़बड़ लग रही है। जे गड़बड़ लगती है अंदर टॉयलेट जा, नहीं तो इतने खड़ा खड़ा तोपा की सलामी देगा। मनु गड़बड़ थोड़ा। हाँ दसो की कम है। हुण टीवी देख के तेनू चेता आ गया, तू व्याह होया। फोन ते मैनू हिलिया दसदा सी। नहीं फोन ते जिहड़ा कुछ कहता वो तो ठीक है, पर डैडी मैं आमणे सामणे ते मानदा वी मैं व्याह कीता। सिंपल कन्न ते मरु साल दे इक चपेड़ रख के मैनू इह कलपाउणा हुंदा। ढिल्लों साहब छड्डो ना, हुण मुंडा अपनी गलती मन रिहा है। किवें छड्डदा, साले ने जुलूस कढ़ा के रखता मेरा कुड़ी वाला सामने, आखे मेरा प्यो दहेज दा भुखा। ओए होए होए, वेरी बैड गोल्डी, तू इदां दे घटिया शब्द बोले। भुखा पखा नाले कुछ होर। नहीं नहीं, इस गल नु डीसेंट वे च ही ते क्या जा सकदा सी ना, कि मेरे डैड थोड़ा डौरी ते ग्रीडी है। तू बड़ी इज्जत करती अंग्रेजी च। अब जब मैं मानदा जी, मैं मानदा। तू सॉरी बोल यार। सॉरी की सॉरी, एक मुंडा सी ओदे भी ब्याह दे चा नहीं पूरे कर सके, सारे सुपने मार के रखते मेरे। ओ डैडी कोई सुपना नहीं मारया मेरे ते, विश्वास करो। ओ यार तैनू मैं कह रिया मां, तू सॉरी बोल के फाहा बड। सॉरी कोई सॉरी सुरी नहीं। सॉरी कादी सॉरी। सॉरी सॉरी चंदा ना कर, घर च भूत नचा देंगे अपना। गेम खेड जो ओनू एक कर कब्रस्तान लगन ला दियो, कब्रस्तान। यस आ लो गर्मा गर्म पकौड़े। की गल, कोई टेंशन है? नहीं नहीं। ओ ओ दो पंगड़े वाले मुंडे दा की बणया जेड़े हुण भी भूत बन के इस घर च घूम रहे ने। अब ओ यार तू हुण सारी गल इहदे मूहरे ना बोलण लग जी। क्यों ओहदे मूहरे क्यों ना बोलां, ओह भी आखिरकार इस घर दी जी है, ओह तां जीना भी इत्थे ते मरना भी। ਉਹ ਦੋ ਭੰਗੜੇ ਵਾਲੇ ਮੁੰਡੇ ਢਿੱਲੋਂ ਸਾਹਿਬ ਦੀ ਗਲਤੀ, ਮਤਲਬ ਇਹਦੇ ਡੈਡੀ ਦੀ ਗਲਤੀ ਕਰਕੇ ਫਾਂਸੀ ਚੜ ਗਏ ਵਿਚਾਰੇ। ਉਹ ਹੁਣ ਵੀ ਆਪਣੀ ਡੈਥ ਐਨਵਰਸਰੀ ਤੇ ਇਸ ਘਰ ਦੇ ਵਿੱਚ ਆਉਂਦੇ ਨੇ ਤਾਂ ਕਿ ਢਿੱਲੋਂ ਤੇ ਉਹਦੇ ਮੁੰਡੇ ਤੋਂ ਬਦਲਾ ਲੈ ਸਕਣ। ਆ ਗੱਲ ਸੱਚ? ਓ ਯਾਰ ਤੂੰ ਕੀ ਬੋਲੀ ਜਾਂਦਾ ਮਾਂ, ਮੀਂਹ ਤੇ ਐਵੇਂ ਨਾ ਘਬਰਾ। ਓ ਯਾਰ ਤੁਸੀਂ ਕਿਉਂ ਸੱਚ ਬੋਲ ਕੇ ਕੁੜੀ ਨੂੰ ਡਰਾ ਰਹੇ ਹੋ, ਹੁਣ ਕਿਤੇ ਇਹਨੂੰ ਮਹੀਨੇ ਵਾਲੀ ਗੱਲਾਂ ਦੱਸਣ ਲੱਗ ਜਿਓ। ਕਿਉਂ ਨਾ ਦੱਸੀਏ ਮਹੀਨੇ ਵਾਲੀ ਗੱਲ, ਹੈ ਅਗਲੀ ਇਸ ਘਰ ਦੀ ਮੈਂਬਰ ਹੈ, ਉਹਨੇ ਦਾ ਜੀਣਾ ਵੀ ਇਸ ਘਰ ਦੇ ਵਿੱਚ ਤੇ ਇਹਦਾ ਮਰਨਾ ਵੀ ਇਸ ਘਰ ਦੇ ਵਿੱਚ। दरअसल इन्हें ना डैथ एनवर्सरी वाली बकवास मारी है। वो मुंडे एक दिन नहीं, वो तो जेड़े महीने फांसी चढ़ाए गए सी ना, पूरा महीना इस घर दे वेच ही नच नच के यूथ फेस्टिवल मनाउंदे। और बाय चांस महीना चल भी हो ही रहा है। यस ओ यार मैं मानदा थोड़ी गल भी, इस घर दे वेच भूत रहंदे ने, पर मैनू ए दसो भाई अज तक उन्हां भूतां ने इस घर दे वेच किसे नूं नुकसान दवाया? मरी नहीं सी माली दी घर वाली ते तुहाडी काम वाली दा काम भी ते इन्हां भूतां ने कीता सी। ओ यार ओ दोने जनिया अपने बाल खुले छड़ दिया सी तां मारियां सी गियां, पर मीता तू अपने बाल खुले छड़ दिया, तुसी मैनूं पहला दस्या ही नहीं। यार बाल तां बन के रखिया कर, की किया इस घर च भूत ने? हाँ डैडी मैं आप देखे आ। बेटे जेड़े इह चोर चुके लोक हुंदे आ ना, इह लोकां दे मनां विच भूतां दा वहम पा दिंदे आ तां जो लोक डरदे घरां चों बाहर ना निकलण, ते आप भरा स्कूटर मोटरसाइकलां चोरी कर लैंदे ने। नहीं डैडी थोड़ी गलती करके दो भंगड़े वाले क्लाइंट्स नूं फांसी लगी सी ना। चाहे इहनूं मेरी गलती कह लो चाहे लापरवाही, मैं मानदा कि भंगड़े वाले मुंडे अपनी बेगनाही के सबूत कट्ठे करके मेरे को लैके आए सी, बस मेरे को उरा परे हो गए, इस करके वो अपने घरदे तो थोड़ा ज़्यादा ही परे हो गए, मेरा मतलब लटक गए। इहदा मतलब कि वो मालण वाली तो मेड वाली गल भी सच्ची है? आ की हुण नवीं नॉनसेंस गल शुरू कर ली। कुछ नहीं डैडी मैं डिसाइड कर लिया मैं इस घर च नहीं रहना। मैनू एक गल की समझ नहीं आती कि जुम्मा जुम्मा तुहाडे व्याह नूं हजे दो दिन होए ने ते तेरे घर वाले कोल अपने प्यो दीआं गलतियां गनाउण तों बिना होर कोई गल नहीं। ओ इस करके सुनाईआं सी क्योंकि ओ भूत कोई होर नहीं, ओ दो पंगड़े वाले क्लाइंट ही सी। शाबाश,
ਭੰਗੜੇ ਵਾਲੇ ਮੁੰਡੇ ਦਾ ਭੂਤ ਇਸ ਘਰ ਦੇ ਵਿੱਚ ਆ ਗਿਆ ਜਿਹੜੇ ਹਜੇ ਕੱਲ੍ਹ ਕੇਸ ਕਰ ਰਹੇ ਆ ਤੇ ਪਾਰਵਤੀ ਕੌਰ ਜਿਹੜੀ ਮੈਨੂੰ ਦਿਲ ਹਾਰੀ ਬੈਠੀ ਸੀ ਉਹ ਤਾਂ ਅਜੇ ਤੱਕ ਆਈ ਨਹੀਂ ਜਿਹਨੂੰ ਮੈਂ ਨਿਤਵਾਜਾ ਮਾਰਦਾ ਖੈਰ ਜਿਹੜੇ ਆ ਤੈਨੂੰ ਭੂਤ ਦਿਖਾਈ ਦਿੱਤੇ ਆ ਇਹ ਭੰਗੜੇ ਵਾਲੇ ਮੁੰਡਿਆਂ ਦੀ ਗੱਲ ਸੁਣ ਤੋਂ ਪਹਿਲਾਂ ਦਿਖਾਈ ਦਿੱਤੇ ਆ ਜਾਂ ਬਾਅਦ 'ਚ ਬਾਅਦ 'ਚ ਬਸ ਮੈਂ ਸਾਰੀ ਗੱਲ ਸਮਝ ਗਿਆ ਤੈਨੂੰ ਉਹਨੇ ਭੰਗੜੇ ਵਾਲੇ ਮੁੰਡਿਆਂ ਦੀ ਗੱਲ ਸੁਣਾਤੀ ਉਹ ਤੇਰੇ ਸਭ ਕੌਨਸ਼ੀਅਸ ਮਾਈਂਡ 'ਚ ਰਹਿ ਗਈ ਤਾਂ ਤੈਨੂੰ ਭੂਤ ਦੇਗੀ ਹੁਣ ਇੱਕ ਗੱਲ ਆਪਣੇ ਕੌਨਸ਼ੀਅਸ ਮਾਈਂਡ 'ਚ ਪਾ ਲਾ ਕਿ ਭੂਤ ਪ੍ਰੇਤ ਕੁਛ ਨਹੀਂ ਹੁੰਦੇ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਭੂਤ ਦਿਖਣੇ ਤਾਂ ਇੱਕ ਪਾਸੇ ਜੇ ਭੂਤਾਂ ਦਾ ਤੈਨੂੰ ਸੁਪਨਾ ਵੀ ਆ ਗਿਆ ਤਾਂ ਕਹਿੰਦੀ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਇਹ ਐਡਵੋਕੇਟ ਢਿੱਲੋਂ ਨੂੰ ਦੱਸਣਾ ਹੀ ਪੈਣਾ ਕਿਉਂਕਿ ਭੂਤਾਂ ਨੇ ਨਹੀਂ ਕਾਲਾ ਚੋੜਾ ਐਵੇਂ ਨਹੀਂ ਪਾਇਆ ਭਰਜਾਈ ਨੇ ਤਾਂ ਭੂਤ ਭਾਈ ਤੇ ਵੇਖ ਲੈਣਾ ਉਹਦਾ ਭੂਤਾਂ ਤੋਂ ਡਰ ਚੱਕਿਆ ਜਾਣਾ ਉਹ ਭੂਤਾਂ ਤੋਂ ਡਰ ਚੱਕਿਆ ਜਾਵੇ ਤਾਂ ਚੱਲੂ ਉਹ ਜਿਹੜੇ ਸਭ ਤੜ ਤੜ ਗੋਲੀਆਂ ਚੱਲਦੀਆਂ ਸਾਲੇ ਕਿਤੇ ਭੂਤ ਹੀ ਨਾ ਚੱਕੇ ਜਾਣ ਕੁਛ ਨਹੀਂ ਹੁੰਦਾ ਯਾਰ ਅੱਜ ਨਹੀਂ ਬਚਦੇ ਸਾਲੇ ਉਹ ਤੁਹਾਨੂੰ ਕੋ ਸਾਲੇ ਕਹਿ ਰਹੇ ਹੋ ਓਏ ਤੈਨੂੰ ਕਾਤੇ ਮਿੰਟਾਂ ਲੜੀ ਜਾਂਦੀਆਂ ਇਸ ਹਿਸਾਬ ਨਾਲ ਦਿੱਤੀ ਤਾਂ ਫਿਰ ਚੁੜੇਲ ਹੋਏ ਯਾਰ ਜੇ ਪਤਾ ਹੁੰਦਾ ਹੈ ਭੱਜਣਾ ਪੈਣਾ ਭੂਤਾਂ ਵਾਲੇ ਕੱਪੜੇ ਥੋੜੇ ਜਿਹੇ ਖੁੱਲੇ ਸਮਾ ਲੈਂਦੇ ਮੇਰਾ ਤਾਂ ਥੱਲੇ ਆਸਣ ਪਾੜ ਗਿਆ ਰੱਬਾ ਬਚਾ ਲਈ ਓਏ ਓਏ ਰੱਬ ਤੇ ਆਪ ਬਚਦਾ ਫਿਰਦਾ ਦੋ ਤਿੰਨ ਗੋਲੀਆਂ ਵਕੀਲ ਨੇ ਉਹ ਪਰਲ ਵੀ ਚਲਾ ਰਹੇ ਆ ਓ ਡੈਡੀ ਬਸ ਕਰੋ ਤੂੰ ਤਾਂ ਹੋਰ 2-4 ਸਾਲਾਂ ਤੱਕ ਫੁੜਕ ਜਾਣਾ ਜੇ ਕਿਤੇ ਭੂਤ ਦੁਬਾਰੇ ਮਰ ਗਏ ਸਾਰੀ ਉਮਰ ਸਾਨੂੰ ਤੰਗ ਕਰਨਗੇ ਸਾਲਿਆ ਮੈਂ ਕਿਹੜਾ ਮਰ ਕੇ ਜੱਜ ਬਣਨਾ ਮੈਂ ਵੀ ਤਾਂ ਭੂਤ ਹੀ ਬਣਨਾ ਤੇ ਤਾਂ ਫਿਰ ਸਾਲੇ ਕਿਵੇਂ ਘਰੇ ਵੜਦੇ ਆ ਨਾਲੇ ਤਾਂ ਪੱਕੇ ਚੋਰ ਸੌਂਦੀ ਬੈਠਾ ਜੀ ਤੁਹਾਨੂੰ ਹੱਥ ਪਾ ਲਾ ਤੂੰ ਤਾਂ ਜੇ ਨਾ ਵੀ ਚੁੱਕਿਓ ਮੈਂ ਤਾਂ ਵੀ ਜੀਜੂ ਨੂੰ ਹੱਥ ਪਾਣ ਨੂੰ ਫਿਰਦੀ ਆ ਨਾਲੇ ਜੈਂਟਸ ਭੂਤ ਨੇ ਤੇਰਾ ਨਾਲ ਆਉਣ ਦਾ ਕੀ ਕੰਮ ਸੀ ਮੈਨੂੰ ਕੀ ਪਤਾ ਸੀ ਤੁਸੀਂ ਬੁੜੇ ਇੰਨਾ ਰੱਖ ਲਓਗੇ ਮੈਨੂੰ ਲੱਗਾ ਅਗਲੇ ਮੋੜ ਤੋਂ ਮੁੜਾਓਗੇ ਖੱਜਾ ਥੋੜੀ ਓ ਡੈਡੀ ਰਹਿਣ ਦੋ ਪਰ ਓ ਡੈਡੀ ਖੜ ਜਾ ਹੁਣ ਪੁੱਤਾਂ ਨੂੰ ਘਰ ਤੱਕ ਛੱਡ ਕੇ ਆਉਣੇ ਓ ਖੜ ਜਾ ਖੜ ਜਾ ਖੜ ਜਾ ਜਸ ਦਾ ਪਰਸ ਡੈਡੀ ਤੁਹਾਨੂੰ ਸਾਰੀ ਗੱਲ ਮੈਂ ਦੱਸਦਾ ਓਏ ਤੂੰ ਕੀ ਦੱਸੇਗਾ ਮੈਂ ਬੇਵਕੂਫ ਹਾਂ ਮੈਨੂੰ ਕੁਝ ਪਤਾ ਨਹੀਂ ਮੈਂ ਤਾਂ ਪਹਿਲਾਂ ਹੀ ਦੱਸਤਾ ਸੀ ਸਾਲੇ ਚੋਰ ਨੇ ਜਸ ਦਾ ਪਰਸ ਲੈ ਕੇ ਚੱਲੇ ਸੀ ਡੈਡੀ ਦੇਖੋ ਇਹ ਤਾਂ ਨਹੀਂ ਪਤਾ ਵੀ ਉਹ ਚੋਰ ਹੈਗੇ ਨੇ ਕਿ ਨਹੀਂ ਹੈਗੇ ਪਰ ਅੱਜ ਇਹ ਗੱਲ ਦਾ ਪਤਾ ਲੱਗ ਗਿਆ ਤੁਸੀਂ ਬਹੁਤ ਇੰਟੈਲੀਜੈਂਟ ਹੋ ਦੇਖਿਆ ਚੋਰੋ ਐਡਵੋਕੇਟ ਢਿੱਲਵਾ ਕਾਲਾ ਕੋ ਟਾਈਮ ਹੀ ਨਹੀਂ ਪਾਉਂਦਾ ਓਹੋ ਰੋ ਨਾ ਦਿਲਜੀਤ ਇਹ ਸਭ ਝੂਠ ਹੈ ਕੀ ਝੂਠ ਹੈ ਮੈਂ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹਿਆ ਹੋਇਆ ਉਹਨਾਂ ਦਾ ਕੀ ਹੈ ਜੀ ਤੁਸੀਂ ਆਪ ਦੇਖੋ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹਿਆ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹਿਆ ਹੋਇਆ ਨਹੀਂ ਇਹ ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ ਬਹਿ ਜਾਤੀ ਹੈ ਹੁਣ ਲੱਗਦਾ ਮੈਂ ਵਿਆਹਿਆ ਹੋਇਆ ਛੱਡੋ ਜੀ ਕਿਹੜੀਆਂ ਗੱਲਾਂ 'ਚ ਪੈ ਗਏ ਯਾਰ ਤੂੰ ਇਹਨਾਂ ਨੂੰ ਸੱਚ ਕਿਉਂ ਨਹੀਂ ਦੱਸਦਾ ਐਵੇਂ ਸੰਗੀ ਜਾਣਾ ਦਰਅਸਲ ਜੀ ਨਾ ਇਹਦੇ ਡੈਡੀ ਨਾ ਹਿੱਲੇ ਹੋਏ ਨੇ ਔਰ ਯਾਰ ਸਮਝਿਆ ਕਰ ਘਰ ਦੀ ਗੱਲ ਘਰ 'ਚ ਰਹਿ ਜੂਗੀ ਇਹਨਾਂ ਨੇ ਕਿਹੜੇ ਕਿਸੇ ਨੂੰ ਦੱਸਣਾ ਹਾਂ ਹਾਂ ਹਾਂ
हिले हुए किवें मतलब किसे नू कुछ भी बोल दंदे ने यार तुसी भी कुछ बोलो ना हुन कल्ले बंदे नू इना कुछ नहीं पता होता हां हां मतलब जड़ी चीज नहीं में आगी उन्हें लगदा हैगी है जिदा परसों पोलियो ड्रॉप लाने वाले ने फड़ के घर लाए कहंदे गोल्डी ते जवाक नू पोलियो ड्रॉप लाने है उन्होंने सारा घर छान मारया ते जवाक ही नहीं लब्बे शीशी घर दे के कहंदे जे किते जवाक लब के ते आपे ही पिया दियो जे ढिल्लो साहब नू एनी प्रॉब्लम है ਤਾਂ ਕਿਸੇ ਡਾਕਟਰ ਡਾਕਟਰ ਨੂੰ ਕਿਉਂ ਨਹੀਂ ਦਿਖਾਉਂਦੇ ਤੁਸੀਂ ਡਾਕਟਰ ਨੂੰ ਦਿਖਾਇਆ ਸੀ ਜੀ ਡਾਕਟਰ ਕਹਿੰਦਾ ਵੀ ਕਿਸੇ ਸਿਆਣੇ ਨੂੰ ਦਿਖਾਓ ਅਸੀਂ ਫਿਰ ਸਿਆਣੇ ਕੋਲੇ ਲੈ ਗਏ ਸਿਆਣਾ ਕਹਿੰਦਾ ਹੁਣ ਕਿਸੇ ਬਾਲੇ ਸਿਆਣੇ ਨੂੰ ਦਿਖਾਓ ਚਲੋ ਮੈਂ ਦੇਖ ਕੇ ਆਣ ਤੁਸੀਂ ਬਾਲੇ ਸਿਆਣੇ ਮੇਰੇ ਕਹਿੰਦੇ ਮਤਲਬ ਕਿ ਅਗਲੇ ਆਪ ਹੀ ਡਾਕਟਰ ਨਾਲ ਮੱਤਾ ਮਾਰਨ ਤੁਸੀਂ ਕੋਈ ਟੈਨਸ਼ਨ ਨਹੀਂ ਸਹੀ ਗੱਲ ਹੈ ਉਹ ਸੱਚ ਜਾਣੇ ਹੋ ਉਹਨਾਂ ਨੂੰ ਮਿਲ ਕੇ ਮੈਨੂੰ ਵੀ ਕਈ ਵਾਰ ਐ ਮਹਿਸੂਸ ਹੋਇਆ ਕਿ ਜਿਵੇਂ ਉਹ ਹਿੱਲੇ ਹੋਏ ਹਾਂ ਇਹਨਾਂ ਨੂੰ ਵੀ ਲੱਗੇ ਮੈਂ ਲੋਕਾਂ ਨੂੰ ਕੀ ਕਹਾਂਗਾ ਕਿ ਵੱਡੀ ਧੀ ਖੰਨੇ ਵਿਆਹੀ ਹੋਈ ਹੈ ਛੋਟੀ ਪਾਗਲ ਖਾਨੇ ਵਿਆਹੀ ਹੋਈ ਹੈ ਧੀਏ ਇਹ ਜੇ ਪਾਗਲ ਖਾਨਦਾਨ ਚ ਕਰ ਲੇਂਗੀ ਐਡਜਸਟ ਤੂੰ ਹਾਂ ਡੈਡੀ ਜੀ ਕਰ ਲਊਂਗੀ ਪਰ ਦੇਖੋ ਆ ਜਿਹੜਾ ਉਹਨਾਂ ਨੇ ਡੈਡੀ ਨੂੰ ਚਪੇੜਾ ਮਾਰ ਕੇ ਘਰੋਂ ਬਾਹਰ ਕੱਢਿਆ ਨਾ ਚਪੇੜਾ ਚਪੂੜਾ ਕਿਸੇ ਤਾਂ ਨਹੀਂ ਖਾਂਦਾ ਮੈਂ ਪਹਿਲਾਂ ਹੀ ਦੁੜਕੀ ਹੋ ਜਾਂਦਾ ਹੈ ਹਾਂ ਚਲੋ ਜਿਵੇਂ ਵੀ ਬੇਇੱਜ਼ਤੀ ਕੀਤੀ ਆ ਉਹਦੇ ਲਈ ਗੋਲਡੀ ਇੱਕ ਸੌਰੀ ਤਾਂ ਬਣਦੀ ਆ ਕੋਈ ਗੱਲ ਨਹੀਂ ਧੀਏ मंजे टिले दा ते बंदे हिले दा कादा गुस्सा बस दोनों नू टाइम सिर कस लेना चाहिए सासरी अकाल टिलो सा तोड़ी ये तो फेरा गए ओ यार जिनी छेती आ गए अपने घर दी घंटी मारदा ना मैनू ये कुड़ी दा प्यो घट लगदा सेल्समैन वध लगदा की मतलब मतलब ये है कि जे तू दो दिन इहदे घर होर बरात लैके ना गया तेने अपनी कुड़ी दी होम डिलीवरी दे जानी इत्थे आके जिन्ना काला पिया ओ मेरा कद्दा ब्याह होना सी सारा पंगा तुसी पाया होया तुसी फेर आ गए ਤੁਸੀਂ ਆਪ ਹੀ ਤਾਂ ਕਿਹਾ ਸੀਗਾ ਵੀ ਢਿੱਲੋ ਢਿੱਲਾ ਇਸ ਕਰਕੇ ਹਾਲ ਚਾਲ ਪੁੱਛਣ ਆ ਗਿਆ ਉਹ ਜਿਹੜੇ ਬੰਦੇ ਨੂੰ ਦਵਾਈ ਦੇ ਕੇ ਡਾਕਟਰ ਨਹੀਂ ਉਹਦਾ ਦੁਬਾਰਾ ਹਾਲ ਪੁੱਛਦਾ ਵੀ ਜਿਉਂਦਾ ਕਿ ਮਰ ਗਿਆ ਤੁਸੀਂ ਸਿੱਧਾ ਹਾਲ ਪੁੱਛਣ ਆ ਗਏ ਉਹਦਾ ਅੱਛਾ ਇੰਨੇ ਹਿੱਲੇ ਹੋਏ ਆ ਫਿਰ ਤਾਂ ਕਿਸੇ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਤੁਸੀਂ ਐਂ ਕਰੋ ਇੱਕ ਵਾਰਨਿੰਗ ਲਿਖ ਕੇ ਬਾਹਰ ਲਮਕਾ ਦਿਓ ਵੀ ਇਸ ਘਰ ਦੇ ਵਿੱਚ ਇੱਕ ਦਿਮਾਗੀ ਮਰੀਜ਼ ਹੈ ਉਹ ਮੈਂ ਤਾਂ ਸੋਚਦਾ ਸੀ ਗੋਲਡੀ ਦਾ ਪਾਪੂ ਹੀ ਹਿੱਲਿਆ ਹੋਇਆ ਪਰ ਇੱਥੇ ਤਾਂ ਉਹਦਾ ਸਹੁਰਾ ਵੀ ਹਿੱਲਿਆ ਉਹ ਕੋਈ ਇਹੋ ਜਿਹੀਆਂ ਗੱਲਾਂ ਵੀ ਬਾਹਰ ਲਮਕਾਉਂਦਾ ਹੁੰਦਾ ਲਿਖ ਕੇ ਫਿਰ ਐਂ ਕਰੋ ਬਈ ਇੱਕ ਫੱਟੀ ਹਿਲਦੀ ਹੋਈ ਲਮਕਾ ਦਿਓ ਜਿਹਦੇ ਤੇ ਢਿੱਲੋਂ ਲਿਖਿਆ ਹੋਵੇ ਜਿਹਨੇ ਸਮਝਣਾ ਹੋਏ ਸਮਝ ਜੂ ਜਿੰਨੀ ਤੁਸੀਂ ਉਹਨਾਂ ਨਾਲ ਬਹਿਸ ਕਰੀ ਜਾਓਗੇ ਨਾ ਉਹਨਾਂ ਦਾ ਪਾਗਲਪਨ ਹੋਰ ਵੱਧਦਾ ਜਾਣਾ ਇਹ ਤਾਂ ਕਈ ਵਾਰ ਕਿਸੇ ਨੂੰ ਤੰਦੀ ਵੀ ਵੜ ਲੈਂਦੇ ਹੁੰਦੇ ਆ ਫੂਕ ਮਾਰੀ ਇੱਧਰ ਗੱਲ ਮੈਂ ਕਰ ਰਿਹਾ ਹੁਣ ਮੈਂ ਫੂਕ ਵੀ ਨਾ ਮਾਰਾਂ ਫੂਕ ਉਹਨੇ ਕੱਢ ਦੇਣੀ ਤੁਹਾਡੀ ਉਹਨੂੰ ਚੁੱਪ ਕਰਾਉਣ ਲਈ ਕੁਝ ਮਾਰਨਾ ਪੈਂਦਾ ਹੁੰਦਾ ਉਹਦੇ ਮਾਰ ਤਾਂ ਮੈਂ ਕਦੋਂ ਦਾ ਦਿੰਦਾ ਜੇ ਮੈਂ ਆਪਣੀ ਧੀ ਨਾਲ ਵਿਆਹਣੀ ਹੁੰਦੀ ਐਸ ਕਰੇ ਕੋਈ ਚੀਜ਼ ਤਾਂ ਦੇ ਜੋ ਮਾਰਨ ਵਾਸਤੇ ਕਈ ਵਾਰੀ ਮਾਰਨਾ ਪੈ ਸਕਦਾ ਹੈ ਹਾਲੇ ਪੇਪਰ ਵੇਟ ਪਿਆ ਨਾ ਇਹਦੇ ਨਾਲ ਕੰਮ ਚਲਾ ਨਹੀਂ ਤਾਂ ਫੁੱਲ ਮਾਰੀ ਗਮਲੇ ਦੇ ਸਾਣੇ ਗੋਲਡੀ ਜੇ ਤੂੰ ਚਾਹੁੰਦਾ ਤੇਰਾ ਪਿਓ ਸੱਚੀ ਮੁੱਚੀ ਨਾ ਹਿੱਲੇ ਇਹਨੂੰ ਕਹਿ ਇੱਥੇ ਨਾ ਆ ਕਰ ਨਹੀਂ ਮੇਠਾ ਬੁਰਾ ਕੋਈ ਨਹੀਂ ਕਿਉਂ ਤੁਸੀਂ ਰੋਜ਼ ਬੰਦਾ ਬਾਹਰ ਕੇ ਸੌਂਦੇ ਗੋਲਡੀ ਮੇਰੇ ਕੋਲ ਇਹਨਾਂ ਸਟੈਮਿਨਾ ਹੈ ਨਹੀਂ ਇੰਨੀ ਮਗਜ ਖਪਾਈ ਕਰਨ ਨੂੰ ਇਹੋ ਜਿਹੇ ਪਾਗਲ ਨੂੰ ਬਾਹਰੋਂ ਬਾਹਰ ਅਟੈਂਡ ਕਰ ਲਿਆ ਕਰੋ ਮੈਂ ਇਹਦੇ ਮੂੰਹ ਨੂੰ ਚੁੱਪ ਹੈ ਨਹੀਂ ਮੈਂ ਤੈਨੂੰ ਦੱਸ ਦਿੰਦਾ ਕਿ ਪਾਗਲ ਕੌਣ ਹੈ ਚੁੱਪ ਕਰਨ ਨੂੰ ਕਰਨਾ ਜੀ ਬੋਲ ਹੀ ਪੈ ਉਹ ਛੱਡੋ ਅੰਕਲ ਜੀ ਆਪਾਂ ਲੜਨਾ ਥੋੜੀ ਹੈ ਜੀ ਨਾ ਨਾ ਲੜ ਕੌਣ ਰਿਹਾ ਫਿਰ ਵੀ ਇਹ ਮੇਰਾ ਹੋਣ ਵਾਲਾ ਕੁੜਮ ਹੈ ਓਏ ਸੋ ਕਾਲਡ ਕੁੜਮਾ ਅਸਲ ਗੱਲ ਤਾਂ ਇਹ ਹੈ ਜਿੱਦਣ ਦਾ ਤੂੰ ਜੇਲ੍ਹ ਚੋਂ ਮੁੜਿਆ ਤੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਇਸ ਕਰਕੇ ਤੂੰ ਹਿੱਲਿਆ ਹੋਇਆ ਆਪਣਾ ਇਲਾਜ ਕਰਾ ਬੰਸਲਾ ਕੀ ਪੌਂਕਿਆ ਤੂੰ ਦੱਸਾਂ ਅੰਕਲ ਪੱਥਰ ਅੱਜ ਫੜ ਤੇ ਲਿਆ ਮਾਰਨਾ ਨਹੀਂ ਹੈਗਾ ਮੈਂ ਕਿਹਾ ਯਾਰ ਮਾਰਨਾ ਨਹੀਂ ਹੈਗਾ ਮੈਂ ਸਮਝ ਗਿਆ ਸੀ ਡੈਡੀ ਮਾਹੌਲ ਵਿਗੜ ਗਿਆ ਭੱਜ ਲੋ ਯਾਰ ਭੱਜਣ ਵਾਲੀ ਕੀ ਗੱਲ ਆ ਅਸੀਂ ਮਰ ਗਏ ਆ ਅੰਕਲ ਤੁਹਾਨੂੰ ਕਿਹਾ ਸੀ ਪੱਥਰ ਨਹੀਂ ਮਾਰਨਾ ਹੁਣ ਕਿਤੇ ਆ ਸਾਡੇ ਪਿੱਛੇ ਪਿਆ ਗਮਲਾ ਨਾ ਚੱਕੇ ਮਾਰਿਓ ਹਾਂਜੀ ਹਾਂਜੀ ਅੰਕਲ ਅੰਕਲ ਜੀ ਤੋਂ ਗਮਲਾ ਵੀ ਨਹੀਂ ਬਚਿਆ ਹੈਗਾ ਸ਼ੁਕਰ ਹੈ ਹੁਣ ਆਪਾਂ ਬੈਟਰੀ ਚੱਕਣ ਦੇਣਾ ਕਿਹੜਾ ਉਹ ਜਿਹੜਾ ਪਿੱਛੇ ਪਿਆ ਅਗਲਾ ਬੈਟ ਮੈਂ ਤੁਹਾਨੂੰ ਨਹੀਂ ਦੇਣਾ ਹਾਂ ਨਹੀਂ ਦੇਣਾ ਮਾਰ ਬਸ ਮਾਰਨਾ ਨਹੀਂ ਚੱਲੋ ਮਾਰਨਾ ਨਹੀਂ ਮਾਰਨਾ ਨਹੀਂ ਮੁੰਡਿਓ ਤੁਹਾਡਾ ਇਲਾਜ ਬਿਲਕੁਲ ਸਹੀ ਹੈ ਢਿੱਲੋਂ ਸਾਹਿਬ ਹੁਣ ਕਦੋਂ ਆਵਾਂ ਬਸ ਪਹਿਲੀਆਂ ਸੱਟਾਂ ਠੀਕ ਹੋ ਲੈਣ ਦਿਓ ਫਿਰ ਆ ਜਿਓ ਢਿੱਲੋਂ ਸਾਹਿਬ ਇਸ ਇਲਾਜ ਲਈ ਮੈਂ ਸੌਰੀ ਮੰਗਦਾ
पर करिए की डॉक्टर ने यही इलाज दसया है हुण अगे नालों तो फर्क है ना हां लगता रहा है ठीक है चंगा सत श्री अकाल है सत श्री अकाल जी चलो छोड़ो मल्ला लड़ाई खत्म हो गई यार मैनू समझ नहीं आउंदी मैं की करा ने तांगदा अपनी धी दा रिश्ता लेके साहब जी तुसी ना कोठी बेच दियो इने नवी भी लब लेनी है अब अटलो साहब इनू गड़ों लाउण दी मेरे को एक स्कीम है तुसी कह दो भी गोल्डी ने रेप कीता है यार चंगे लगांगे फिर कह दो गोल्डी दा रेप होया है अब रब दा वास्ता तू टाइम ते किराया ही दे दिया कर सलाह ना दिया कर करो क्यों पंडा दलजीत दलजीत ओ की हो गया मामा ओ तेरे घर वाले दा मीत नाल कोई चक्कर है की कह रहे हो तेरे घर वाले दा मीत नाल कोई चक्कर है की कह रहे हो ओ तेरे घर वाले दा मीत नाल कोई चक्कर है समझ क्यों नहीं रहे यार चप्पियां पा रहे सा हाय रे मां ऐसे गल तुम राज हो के चुचू चन्नो नाल भज गए आ जा एक मिनट मैं आई हूं बच्चा ओ मामा तेरा कक्क ना रहे बच्चा नहीं देगा बच्चा थोड़ी रहे मैं तो बाइक पे जा रहे हूं बाइक तक नहीं जान देगा मम्मा मैं डैडी ले पर चले तू बैठ जल्दी कितने चंचल तो गोल्डी मेरी बात सुनो सॉरी स्कूटी होली चलाओ मैं डर लगता तू जे तारा कर सनो तनु मैं देखन नहीं दंदा ते जे तनु बड़ा डर लगता मैं कुट के फड़ ला नहीं मैं बचया रहूं ठीक है साहब जी ओ चुचू ओ यार ऑन रोड चप्पी वाली थी यार मम्मा आज तो बहुत डैडी ते चनो हरी का प्ले चलता मेनू पक्का पता इन कोई देख नहीं आता तू चल नहीं छेज बनो सौर नहीं छोड़ेंगे खड़ा जस का मोटरसाइकिल मैनू तमीद नू कठिया देख लिया आ की गल हुई थोड़ी वाइफ है सही गल दसो ढिलो साहब मीत दी प्रॉपर्टी बड़े कोलों फिरदे ने मेरे देश भगत साथियो पहलो आपां मुल्क छड़ाने वाले ध्यान दे लईए मेरे साडा खेड़ा छड़ाउणा औखा हो जाना की करी जाना समझियो कर नाटक सो मेरे देश भगत साथियो तुसी एदां करो हम अपना आ वाले लाल किले दे पिछे इंतजार करो असी एक घंटे बाद मिलते हैं नहीं नहीं मेरे देश भगत वीर साडे कोल एक घंटे दा वक्त नहीं आ कुछ गोरिया ने साडे पिछे ढिलोस्तानी ताकतां ला दित्तियां ने की बोली जा रहे हो मीत भावे सी मुगल ते भावे आगे गोरे ए हमेशा प्रेमियां दे दुश्मन रहे ने सो असी इन्हां दा अंदोलन नाटक आपां खराब नहीं होण देना सो मेरे देश प्रेमियो देश प्रेमी इधर ने ओ मेरे देश प्रेमियो आ तो प्रेमियां नूं बचा लो मिंट वाली गल है प्लीज ओ फिर तो हेलो साजी ओए तन्नू शर्म नहीं आई मेरी नौ भजाउण लग्या आ देख लो कोरिया दा भेजिया ढिलोस्तानी इत्थे भी आ गया छड़ दे मैनूं ओए तू साडे घर दी नूं नहीं छड्डी अस तन्नू किवें छड़ दईए जनाब आ नाटक किसे होर पासे नहीं तुर पिया शायद घूम फिर के उत्थे ही आ जाए की कर रहे हो डैडी गलत तुसी ओ इल्जाम साडे ते ला रहे हो बोलो जे मैं प्रॉपर्टी ली फस गया एदा मतलब तू ए सब करेगी होर दसो की करदे सी तुसी साडे लई कोई राह ही नहीं छड्या दो पौंडा वास्ते तुसी गोरिया नाल रल के मर जाने सारा मुंह लपेटता स्टीवर्ड राणी साहिबा ना आपा कदों बैठ सकदे आ ओ तन्नू बठावा राणी ना साडा इत्थे घर उजड़ गया तन्नू राणी दी पई आ ढिलो साहब मेरो नाटक उजड़ जाना अपनी जिंदगी ओ तू बाद अगली गड्डी फड़े बस मारा
बंदा इज्जतदार होवे ते मेरा मारिया मर जांदा इहनू सोटियां नाल की फर्क पैणा करवाना मारो 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 जी ने मारना मारो एसएसपी साहब हुणे मेरी रिपोर्ट लिखो एने मेरी नोक भजाईया ए कलाकार बार बार मेनू क्यों बुला रहे जनाब जिवे आजकल सिंगर लोकां नाल गाउंदे गाउंदे इंटरेक्ट करदे ना मेनू लगदा है नाटक वाले भी आई कर लग पे ओके ओके आपदे घर वाले नाल भज्जियां मैं की गुनाह करता ओए तेरा खसम ए आ डैडी पागल हो गए तुसी मैं एदे नाल ही थोड़े मुंडे नाल व्याही आ कौन कहदा है मेरा मुंडा ओ टोरी तू दस है मेरा मुंडा लड़ेंदे के पियो यार टीएन ना करा लो साले तेरी भैण तेरीयां अखां सामने मरी है ए मैं कित्थों जपदा ओ चिचू दित्तिया मरे है ना तुसी तो चिंदे हो पर मर तू साले मुंह च कुंगड़ियां पाईया ते तो दस नहीं हुंदा के मेरा मुंडा कौन है ते कौन नहीं क्यों लोकां सामने जुलूस कड्या सारी गल करी जाई करदे आ आ चली आ जाओ पहला ए दस मेरा मुंडा ए है कि तू की गल्लां करदे हो सारी तुहाडे बच्चे ए बेटा तुहाडा बच्चा है तुसी अपनी गल करो कोई गल नहीं सारा कह दिया कर सारा भी क्यों कहूगी जब सारे किराएदार नाल व्याहिया डैडी ये भी तो यही कह रही है कि गोल्डी ने व्याहिया ओए किराएदार नाल व्याहिया तू कही गल नहीं है इहदे नाल व्याहिया डैडी थोनु की हो गया गल सही बोल दो इशारे गलत कर दियो कि थोनु किराए नहीं दंदे नहीं दंदा हैं यार गोल्डी तू किराया क्यों नहीं दंदा हां क्यों नहीं दंदे वीर जी ओए खसम नु वीर जी ना बोल जी लो जी गुड न्यूज़ ਅਸੀਂ 1947 ਤੋਂ ਪਹਿਲਾਂ ਹੀ ਪੜ੍ਹ ਰਹੇ ਛੱਡਣ ਚ ਇੰਟਰਸਟਡ ਹੈ ਕੋਈ ਅਖੀ ਆਏਗਾ ਗੱਲ ਕਰਨ ਲਈ ਸਾਰੇ ਤਾਂ ਕੀ ਆਏ ਹੋਇਆ ਹੋਰ ਕਿਨੇ ਕ ਅੱਗੇ ਆਉਣ ਪਹਿਲਾਂ ਹੀ ਪੜੀ ਅੱਗੇ ਨੇ ਇਹਨਾਂ ਨੂੰ ਪਿੱਛੇ ਭੇਜਣ ਦਾ ਜਿਗਾੜਦਾ ਰ ਇੱਧਰ ਲੈ ਸਾਡੇ ਨਾਲ ਨਿਬੇੜ ਲੋ ਅਸੀਂ ਆਜ਼ਾਦੀ ਦੇ ਕੇ ਦਿਨੇ ਦਿਨੇ ਇੰਗਲੈਂਡ ਵਾਪਸ ਵੀ ਮੁੜਨਾ ਹੈ ਇਸ ਪਾਗਲ ਨੂੰ ਬਾਅਦ ਸੁਣਨ ਰਹੀ ਹੋ ਅੰਗਰੇਜ਼ਾਂ ਨੂੰ ਵੀ ਪਤਾ ਚੱਲ ਗਿਆ ਚਿੱਚੂ ਮਾਈ ਗੋਡ ਪਾਗਲ ਕਿਨੂੰ ਕਿਹਾ ਤੁਹਾਨੂੰ ਕੀ ਹੋਣਾ ਹੋਰ ਕਿਨੂੰ ਕਹਿ ਸਕਦਾ ਰਿਓ ਸਾਲੇ ਪੱਕੇ ਜਾਂਦੇ ਅੰਗਰੇਜ਼ਾਂ ਨਾਲ ਬਾਤ ਚ ਨਿਬੇੜੀ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਇਹ ਤੁਹਾਨੂੰ ਸਾਰਾ ਕਿਉਂ ਨਹੀਂ ਕਹਿ ਸਕਦੀ ਉਹ ਇਸ ਕਰਕੇ ਕਿ ਮੇਰੇ ਮੁੰਡੇ ਨਾਲ ਨਹੀਂ ਵਿਆਹੀ ਅੱਛਾ ਫਿਰ ਕਿਹਦੇ ਨਾਲ ਵਿਆਹੀ ਹੋਈ ਹੈ ਇਸ ਨਾਲ ਵਿਆਹੀ ਆ ਬਸ 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 ਹੁਣ ਇੱਕ ਮਿੰਟ ਚ ਸਭ ਕੁਝ ਕਲੀਅਰ ਹੋ ਜਾਏਗਾ ਇਹ ਸੌਂਦੀ ਕਿੱਥੇ ਰਾਤ ਨੂੰ ਤੇਰੀ ਧੀ ਜਸਨੋ ਤੇ ਮੀਤ ਗੋਲਡੀ ਕੋ ਮੁਝੇ ਡੰਡਾ ਨਹੀਂ ਮਾਰਨਾ ਨਾ ਜਸਨੋ ਆ ਕੰਮ ਨਹੀਂ ਕਰਨਾ ਆ ਕੰਮ ਨਹੀਂ ਕਰਨਾ ਚੱਲ ਫਿਰ ਮੈਂ ਆਪਣਾ ਚਲਾ ਲਵਾਂ ਸਾਲਾ ਇਹ ਜਿਹਾ ਗੰਦਾ ਸਾਲਾ ਨੱਚ ਤਰ ਕਾਲਾ ਨਾ ਲਾਸਟਿਕ ਨਾ ਨਾੜਾ ਚੰਡ ਮਾਰਾਂਗਾ ਸਾਹਿਬ ਜੀ ਸ਼ਟ ਅਪ ਚਿੱਚੂ